जन गुरदिया अज्ञान अंधेर बिनाश हर कृपा ते संत पेटया नानक मन परगास याही कुल ते प्रगट होय ताही कुल को नाम पुन द्वादास गोरिंड को मेरी है प्रणाम शंकरं शंकराचार्यं केशवं वादरायनं सूत्रभाष्याकृतौ वंदे भगवन्तौ पुनः ईश्वरो गुरुरात्मेति मूर्ति भेद विभागिने व्योमवद व्याप्त देहाय दक्षिणामूर्तये नमः। मंगलं दिशतु मे विनायको मंगलं दिशतु मे सरस्वती मंगलं दिशतु मे महेश्वरी मंगलं दिशतु मे सदाशिव। परम सत्कार योग उपस्थित हाजरीन साध संगत जीओ, सब तो पहला कलयुग दे अवतार रहबर महान सतगुरां नू याद करिए, सब प्रेम नाल आखिए धन श्री गुरु नानक देव सच्चे पातशाह जी। एक वरा फिर जिन्नी तुदनो धन कया तिन जम नेड़ ना आया दे वाक अनुसार, सब प्रेम ना लाखिए धन श्री सतगुरु राम सिंह सच्चे पातशाह जी। हाजरा हजूर सतगुरां नू अपने हिरदियां च वसाउंदे होए सब प्रेम नाल आखिए धन श्री सतगुरु उदय सिंह सच्चे पातशाह जी। तंता योग जन्म है जो सेवा सिमरन सतसंग गुरबाणी शास्त्र दे विचार सुनन दा करन दा ए सुअवसर ये सुभाग समा सानू प्राप्त होया। सात संगत
ਸਹਿਬਾਂ ਦੀ ਗੁਰਬਾਣੀ ਮੁਕਤ ਕੰਠ ਦੇ ਨਾਲ ਇਹ ਘੋਸ਼ਣਾ ਕਰਦੀ ਹੈ ਸੰਸਾਰ ਦੇ ਉੱਤੇ, ਜਿਉਂ ਪਾਵਕ ਸੰਗ ਸੀਤ ਕੋ ਨਾਸ ਤੈਸੇ ਪ੍ਰਾਛਤ ਸੰਤ ਸੰਗ ਬਿਨਾਸ, ਜੈਸੇ ਸਾਬਣ ਕਾਪਰ ਉਜਲ ਹੋਤ ਨਾਮ ਜਪਤ ਸਭ ਭ੍ਰਮ ਪਉ ਖੋਤ। ਕਹਿੰਦੇ ਨੇ ਇਹ ਭਾਈ ਦੁਨੀਆ ਦੇ ਲੋਕੋ, ਜਿਸ ਤਰ੍ਹਾਂ ਅਗਨੀ ਦਾ ਸਪਰਸ਼ ਕਰਨ ਦੇ ਨਾਲ, ਜਿਸ ਤਰ੍ਹਾਂ ਅਗਨੀ ਦੇ ਕੋਲ ਜਾਣ ਦੇ ਨਾਲ, ਨਜ਼ਦੀਕ ਜਾਣ ਦੇ ਨਾਲ ਸਰਦੀ ਦਾ ਨਾਸ਼ ਹੋ ਜਾਂਦਾ, ਭਾਵ ਠੰਡ ਨਹੀਂ ਲੱਗਦੀ ਸਾਧ ਸੰਗਤ 'ਚ, ਇਸੇ ਪ੍ਰਕਾਰ ਤੈਸੇ ਪ੍ਰਾਛਤ ਸੰਤ ਸੰਗ ਬਿਨਾਸ਼। ਇਹ ਜੀਵ ਆਤਮਾ ਜਨਮ ਜਨਮਾਂਤਰਾਂ ਦੇ ਕਰਮਾਂ ਨੂੰ ਕਰਦਾ ਹੋਇਆ ਆਪਣੇ ਅੰਦਰ ਬਹੁਤ ਸਾਰੇ ਪਾਪਾਂ ਨੂੰ ਛੁਪਾਈ ਬੈਠਾ ਸਾਧ ਸੰਗਤ 'ਚ। ਖਿਮਾ ਰੱਖਣਾ, ਤੈਸੇ ਪ੍ਰਾਛਤ ਸੰਤ ਸੰਗ ਬਿਨਾਸ਼। ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਉਸ ਅਗਨੀ ਦੇ ਕੋਲ ਜਾਇਆ ਸਰਦੀ ਦਾ ਨਾਸ਼ ਹੋ ਜਾਂਦਾ, ਇਸੇ ਪ੍ਰਕਾਰ ਜਿਹੜਾ ਸੰਤਾਂ ਦਾ ਸੰਗ ਕਰਦਾ, ਸਾਧ ਸੰਗਤ ਦੇ ਵਿੱਚ ਆ ਕੇ ਬੈਠਦਾ, ਉਹਦੇ ਪਾਪਾਂ ਦਾ ਨਾਸ਼ ਹੋ ਜਾਂਦਾ, ਸਾਧ ਸੰਗਤ 'ਚ ਨਾਸ਼ ਹੋ ਜਾਂਦਾ। ਕਿਉਂਕਿ ਮੈਂ ਕਿਸੇ ਹੋਰ ਬਿੰਦੂ ਵੱਲ ਆਪ ਨੂੰ ਲੈ ਕੇ ਜਾਣਾ ਹੈ, ਪਰ ਥੋੜ੍ਹਾ ਜਿਹਾ ਮੈਨੂੰ ਸਪਸ਼ਟ ਕਰਨ ਦਾ ਯਤਨ ਕਰਾਂ। ਜਦੋਂ ਵੀ ਕੋਈ ਵਿਅਕਤੀ ਪਰਮੇਸ਼ਰ ਨੂੰ ਭੁੱਲਦਾ, ਪਰਮੇਸ਼ਰ 'ਤੇ ਭੁੱਲਿਆ ਵਿਆਪਨ ਸਭੇ ਰੋਗ ਦੇ ਵਾਕ ਅਨੁਸਾਰ, ਜਦੋਂ ਵੀ ਵਿਅਕਤੀ ਪਰਮੇਸ਼ਰ ਨੂੰ ਭੁੱਲ ਕੇ ਆਪਣੇ ਸਵਾਰਥ ਦੇ ਵਾਸਤੇ, ਆਪਣੇ ਮਤਲਬ ਦੇ ਵਾਸਤੇ ਕੋਈ ਵੀ ਕੰਮ ਕਰਦਾ, ਅਥਵਾ ਕਿਸੇ ਦੂਸਰੇ ਵਿਅਕਤੀ ਨੂੰ ਸਰੀਰ ਕਰਕੇ, ਮਨ ਕਰਕੇ, ਬਾਣੀ ਕਰਕੇ ਤਕਲੀਫ ਦਿੰਦਾ, ਉਹਦਾ ਨਾਮ ਹੈ ਪਾਪ। ਪਾਪ ਦਾ ਫਲ ਹੈ ਦੁੱਖ, ਅਸ਼ਾਂਤੀ, ਅਸਹਿਜਤਾ। ਜਦੋਂ ਵੀ ਕਿਸੇ ਵਿਅਕਤੀ ਦੇ ਮਾਨਸਿਕ ਸਥਿਤੀ ਦੁੱਖ ਦਾ ਅਨੁਭਵ ਕਰੇ, ਅਸ਼ਾਂਤੀ ਅਤੇ ਅਸਹਿਜਤਾ ਦੇ ਨਾਲ ਮਨ ਭਰ ਜਾਵੇ, ਸਮਝ ਲੈਣਾ ਕੋਈ ਨਾ ਕੋਈ ਸਾਡਾ ਪਾਪ ਕਰਮ ਉਦਿਤ ਹੋ ਗਿਆ। ਉਸੇ ਪਾਪ ਦਾ ਫਲ ਇਹ ਦੁੱਖ ਹੈ, ਸਾਧ ਵਿੱਚ ਦੁੱਖ ਹੈ। ਉਸ ਹਰੀ ਦੀ ਵਿਸਮ੍ਰਿਤੀ, ਉਸ ਪਰਮਾਤਮਾ ਦੀ ਯਾਦ ਭੁੱਲ ਜਾਣਾ, ਸਤਿਗੁਰਾਂ ਨੂੰ ਆਪਣੇ ਹਿਰਦੇ ਦੇ ਵਿੱਚ ਨਾ ਵਸਾ ਕੇ ਜਦੋਂ ਵਿਅਕਤੀ ਸੰਸਾਰ ਦੇ ਕੰਮਾਂ ਕਾਰਾਂ ਦੇ ਵਿੱਚ ਉਲਝ ਜਾਂਦਾ, ਵਿਅਕਤੀ ਦਾ ਮਨ ਵਾਸ਼ਨਾ ਅਤੇ ਪਾਪ ਦੇ ਨਾਲ ਭਰ ਜਾਂਦਾ ਸਾਧ ਸੰਗਤ 'ਚ। ਔਰ ਉਸ ਹਰੀ ਨੂੰ ਜਦੋਂ ਵਿਅਕਤੀ ਆਪਣੇ ਹਿਰਦੇ ਦੇ ਵਿੱਚ ਵਸਾਉਂਦਾ, ਸਤਿਗੁਰਾਂ ਦੀ ਯਾਦ ਆਪਣੇ ਅੰਦਰ ਬਣਾਉਂਦਾ, ਉਦੋਂ ਵਿਅਕਤੀ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਸਾਧ ਸੰਗਤ 'ਚ, ਸਾਰੇ ਦੁੱਖ ਚਲੇ ਜਾਂਦੇ ਨੇ। ਔਰ ਉਸ ਹਰੀ ਨੂੰ ਵਸਾਉਣ ਦਾ, ਜਿਸ ਤਰ੍ਹਾਂ ਅਗਨੀ ਦੇ ਕੋਲ ਜਾਣ ਨਾਲ ਹੀ ਸਰਦੀ ਦੂਰ ਹੋ ਜਾਂਦੀ ਹੈ, ਜਾਂ ਸਰਦੀ ਨੂੰ ਦੂਰ ਕਰਨ ਦਾ ਜੋ ਮਾਧਿਅਮ ਹੈ, ਜੋ ਸਾਧਨ ਹੈ, ਉਹਦਾ ਨਾਮ ਹੈ ਅਗਨੀ। ਚਾਹੇ ਉਹ ਲੱਕੜੀਆਂ ਜਲਾ ਕੇ ਪੈਦਾ ਕੀਤੀ ਜਾਵੇ, ਚਾਹੇ ਉਹ ਕੁਛ ਗਰਮ ਪਦਾਰਥ ਖਾ ਕੇ ਆਪਣੇ ਅੰਦਰੋਂ ਪੈਦਾ ਕੀਤੀ ਜਾਵੇ, ਅਥਵਾ ਗਰਮ ਕੱਪੜੇ ਪਾ ਕੇ ਪੈਦਾ ਕੀਤੀ ਜਾਵੇ ਸਰੀਰ ਦੇ ਵਿੱਚ, ਜਦੋਂ ਵੀ ਸਰਦੀ ਦਾ ਨਾਸ
ਹੋਏਗਾ, ਜਦੋਂ ਵੀ ਕੋਲਡ ਜਾਏਗਾ ਉਹਦਾ ਨਿਮਿਤ ਔਰ ਕਾਰਨ ਅਗਨੀ ਹੋਏਗਾ, ਅਗਨੀ ਹੋਏਗਾ। ਇਸੇ ਪ੍ਰਕਾਰ ਜਦੋਂ ਵੀ ਵਿਅਕਤੀ ਦੇ ਪਾਪਾਂ ਦਾ ਨਾਸ਼ ਹੋਏਗਾ, ਕਿਉਂਕਿ ਪਰਮ ਪਵਿੱਤਰ ਵਸਤੂ ਪਰਮਾਤਮਾ ਜਦੋਂ ਹਿਰਦੇ ਦੇ ਵਿੱਚ ਵਸ ਜਾਏਗਾ, ਵਿਅਕਤੀ ਦੇ ਪਾਪਾਂ ਦਾ ਨਾਸ਼ ਹੋ ਜਾਏਗਾ। ਔਰ ਉਸ ਹਰੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦਾ ਜੋ ਸਭ ਤੋਂ ਸਸ਼ਕਤ ਮਾਧਿਅਮ ਹੈ, ਜੋ ਗੁਰੂ ਨਾਨਕ ਦੀ ਪਰੰਪਰਾ ਦੀ ਸਾਧਨਾ, ਉਹ ਪਹਿਲਾ ਕਾਰਨ ਹੈ ਸਤਸੰਗ। ਤੈਸੇ ਪਰਾਛਤ ਸੰਤ ਸੰਗ ਬਿਨਾਸ਼, ਸਾਹਿਬ ਗੁਰੂ ਅਰਜਨ ਪਾਤਸ਼ਾਹ ਫੁਰਮਾਨ ਕਰਦੇ ਨੇ, ਪਾਪਾਂ ਦਾ ਨਾਸ਼ ਹੋ ਜਾਏਗਾ ਜਦੋਂ ਕੋਈ ਵਿਅਕਤੀ ਸਤਸੰਗ ਦੇ ਵਿੱਚ ਆਏਗਾ। ਔਰ ਦੂਸਰਾ, ਜੈਸੇ ਸਾਬਣ ਕਾਪਰ ਉਜਲ ਹੋਤ, ਜਿਸ ਤਰ੍ਹਾਂ ਕੱਪੜੇ ਦੇ ਉੱਤੇ ਕੋਈ ਗੰਦਗੀ ਲੱਗ ਜਾਵੇ, ਮਲਮੂਤਰ ਲੱਗ ਜਾਵੇ, ਕੋਈ ਦਾਗ ਲੱਗ ਜਾਵੇ, ਉਹਨੂੰ ਸਾਬਣ ਦੇ ਨਾਲ ਧੋਤਾ ਜਾਂਦਾ ਹੈ, ਸਰਫ ਦੇ ਨਾਲ, ਵਾਸ਼ਿੰਗ ਪਾਊਡਰ ਦੇ ਨਾਲ ਧੋਤਾ ਜਾਂਦਾ ਹੈ। ਇਸੇ ਪ੍ਰਕਾਰ ਨਾਮ ਜਪਤ ਸਭ ਭ੍ਰਮ ਪਾਉ ਖੋਤ, ਸਾਡੇ ਮਨ ਦੇ ਉੱਤੇ, ਸਾਡੇ ਆਤਮਾ ਦੇ ਉੱਤੇ, ਸਾਡੀ ਚੇਤਨਾ ਦੇ ਉੱਤੇ, ਸਾਡੇ ਵਿਅਕਤਿਤਵ ਦੇ ਉੱਤੇ, ਸਾਡੀ ਪਰਸਨੈਲਿਟੀ ਦੇ ਉੱਤੇ ਜੋ ਅਗਿਆਨ ਹੈ, ਜੋ ਭਰਮ ਹੈ, ਜੋ ਅਸ਼ਾਂਤੀ ਹੈ, ਇਹਨੂੰ ਕਿਸ ਤਰ੍ਹਾਂ ਧੋਤਾ ਜਾਵੇ। ਨਾਮ ਜਪਤ ਸਗਲ ਭ੍ਰਮ ਪਾਉ ਖੋਤ, ਤਰ੍ਹਾਂ ਤਰ੍ਹਾਂ ਦੇ ਡਰ ਵਿਅਕਤੀ ਨੂੰ ਸਤਾਉਂਦੇ ਨੇ, ਰੋਗ ਨਾ ਆ ਜਾਵੇ, ਦੁੱਖ ਨਾ ਆ ਜਾਵੇ, ਪਰਿਵਾਰ ਨਾ ਬਿਖਰ ਜਾਵੇ, ਜੋ ਸੰਸਾਰ 'ਚ ਪੋਜੀਸ਼ਨ ਮਿਲੀ ਹੈ ਉਹ ਚਲੀ ਨਾ ਜਾਵੇ, ਮੌਤ ਨਾ ਹੋ ਜਾਵੇ। ਇਹ ਤਰ੍ਹਾਂ ਤਰ੍ਹਾਂ ਦੇ ਡਰ ਸਾਡੀ ਚੇਤਨਾ ਦੇ ਵਿੱਚ ਪਏ ਰਹਿੰਦੇ ਨੇ ਔਰ ਨਿਰੰਤਰ ਜਾਣੇ ਅਣਜਾਣੇ ਦੇ ਵਿੱਚ ਸਾਡੀ ਪਰਸਨੈਲਿਟੀ ਨੂੰ ਪ੍ਰਭਾਵਿਤ ਕਰਦੇ ਨੇ ਔਰ ਸਾਨੂੰ ਅਸ਼ਾਂਤੀ, ਅਸਹਿਜਤਾ, ਭਰਮ, ਦੁੱਖ ਦਿੰਦੇ ਨੇ ਸਾਧ 'ਚ। ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ, ਨਾਮ ਜਪਤ ਸਗਲ ਭ੍ਰਮ ਪਾਉ ਖੋਤ, ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਉਲਝਣਾਂ ਨੇ, ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਨਫਲਿਕਟ ਨੇ, ਜ਼ਿੰਦਗੀ ਦੇ ਵਿੱਚ ਜਿੰਨੇ ਵੀ ਕਨਫਿਊਜ਼ਨਸ ਨੇ, ਜਿਨ੍ਹਾਂ ਦੇ ਕਰਕੇ ਜੀਵਨ ਦੇ ਵਿੱਚ ਦੁੱਖ ਬਣਿਆ, ਨਾਮ ਜਪਤ ਸਗਲ ਭ੍ਰਮ ਪਾਉ ਖੋਤ। ਨਾਮ ਦੇ ਜਪਨ ਦੇ ਨਾਲ, ਉਸ ਹਰੀ ਦੇ ਸਿਮਰਨ ਦੇ ਨਾਲ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ। ਸੰਸਾਰ ਦੀ ਕਿਸੇ ਵੀ ਵਸਤੂ ਨੂੰ ਪ੍ਰਾਪਤ ਕਰ ਲਿਆ ਜਾਵੇ, ਸੰਸਾਰ ਦਾ ਕਿੰਨਾ ਵੀ ਧਨ ਪਦਾਰਥ ਅਤੇ ਪਰਿਵਾਰ ਵਧਾ ਲਿਆ ਜਾਵੇ, ਚਾਹੇ ਕਿੰਨੀ ਵੀ ਉੱਚੀ ਪੋਜੀਸ਼ਨ ਪ੍ਰਾਪਤ ਕਰ ਲਈ ਜਾਵੇ, ਪਰ ਵਿਅਕਤੀ ਦਾ ਅਧੂਰਾਪਨ ਨਹੀਂ ਜਾਏਗਾ, ਵਿਅਕਤੀ ਨੂੰ ਪੂਰਨਤਾ ਦਾ ਅਹਿਸਾਸ ਨਹੀਂ ਹੋਏਗਾ, ਘੁੰਮ ਘੁੰਮ ਕੇ ਸੁੱਖ ਅਤੇ ਦੁੱਖ ਦਾ ਚੱਕਰ ਵਿਅਕਤੀ ਦਾ ਚੱਲਦਾ ਰਹੇਗਾ, ਜੀਵਨ ਅਤੇ ਮਰਨ ਦਾ ਚੱਕਰ ਚੱਲਦਾ ਰਹੇਗਾ, ਵਿਅਕਤੀ ਕਦੇ ਵੀ ਇਸ ਪਰਿਸਥਿਤੀ ਤੋਂ ਬਾਹਰ ਨਹੀਂ ਆ ਸਕਦਾ। ਨਾਮ ਜਪਤ ਸਗਲ ਭ੍ਰਮ ਪਉ ਖੋਤ। ਪਾਤਸ਼ਾਹ ਕਹਿੰਦੇ ਨੇ, ਨਾਮ ਜਪੋ, ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਮਿਲ ਜਾਏਗਾ। ਇਹਨਾਂ ਵਾਕਾਂ ਦੇ ਅਨੁਸਾਰ ਆਪ ਸਾਧ ਸੰਗਤ ਨੂੰ, ਪਰਿਵਾਰ ਨੂੰ ਧੰਤਾ ਯੋਗ ਆਖਿਆ ਜਾਂਦਾ ਹੈ, ਜੋ ਸਾਧ ਸੰਗਤ ਕਰਦੇ ਹੋ ਪਏ, ਹਰੀ ਦਾ ਨਾਮ ਜਪਦੇ ਹੋ ਪਏ, ਕਲਯੁੱਗ ਦੇ ਵਿੱਚ ਜਿੱਥੇ ਆਸ਼ਾ ਤ੍ਰਿਸ਼ਨਾ ਅਤੇ ਵਾਸਨਾ ਦੀ ਐਸੀ ਦੌੜ ਲੱਗੀ ਹੈ, ਵਿਅਕਤੀ ਦੇ ਕੋਲ ਆਪਣੇ ਵਾਸਤੇ ਸਮੇਂ ਨਹੀਂ ਰਹਿ ਗਿਆ, ਇਸ ਤੋਂ ਵੱਡਾ ਕਲਯੁੱਗ ਦਾ ਹੋਰ ਲੱਛਣ ਕੀ ਹੋ ਸਕਦਾ ਸਾਧ 'ਚ? ਵਿਅਕਤੀ ਕੋਲ ਆਪਣੇ ਵਾਸਤੇ ਟਾਈਮ ਨਹੀਂ, ਸਾਰੀ ਜ਼ਿੰਦਗੀ ਵਿਅਕਤੀ ਭੱਜਦਾ,
ਸਰੀਰ ਦੀ ਚਿੰਤਾ ਨਹੀਂ, ਮਨ ਦੀ ਚਿੰਤਾ ਨਹੀਂ, ਕਿੱਥੋਂ ਆਇਆ, ਮਰ ਕੇ ਕਿੱਥੇ ਜਾਣਾ, ਇਹਨਾਂ ਬਿੰਦੂਆਂ 'ਤੇ ਸੋਚਣ ਅਤੇ ਵਿਚਾਰਨ ਦਾ ਸਮੇਂ ਨਹੀਂ। ਇੱਥੋਂ ਤੱਕ ਜਿਸ ਧਨ ਨੂੰ ਦਿਨ ਰਾਤ ਕਰਕੇ ਕਮਾਇਆ ਉਹਦੇ ਤੋਂ ਸੁੱਖ ਲੈਣ ਦਾ ਅਵਸਰ ਨਹੀਂ। ਜ਼ਿੰਦਗੀ ਦੇ ਵਿੱਚ ਇਦੋਂ ਵੱਡਾ ਦੁੱਖ ਅਤੇ ਕਲਯੁੱਗ ਕੀ ਹੋ ਸਕਦਾ ਵਿਅਕਤੀ ਦੇ ਕੋਲ ਆਪਣੇ ਵਾਸਤੇ ਸਮੇਂ ਨਹੀਂ, ਸਾਧਸੰਗਤ 'ਚ ਨਹੀਂ ਟਾਈਮ, ਦੁਨੀਆ ਦੇ ਵਾਸਤੇ ਸਭ ਕੁਛ ਹੈ। ਕਲਯੁੱਗ ਦੇ ਵਿੱਚ ਸੰਤਾਂ ਦੀ ਸੰਗਤ ਪ੍ਰਾਪਤ ਹੋਣਾ, ਸਾਧ ਸੰਗਤ ਦੇ ਵਿੱਚ ਆ ਕੇ ਬੈਠਣਾ ਔਰ ਪਰਮਾਤਮਾ ਦਾ ਸਿਮਰਨ ਕਰਨਾ ਬਹੁਤ ਦੁਰਲਭ ਗੱਲ ਹੈ, ਬਹੁਤ ਅਮੋਲਕ ਚੀਜ਼ ਹੈ। ਜਿਨ੍ਹਾਂ ਨੂੰ ਇਹ ਪ੍ਰਾਪਤ ਹੁੰਦੀਆਂ ਨੇ ਦੋਨੋਂ ਚੀਜ਼ਾਂ, ਉਹ ਆਪਣੇ ਆਪ ਨੂੰ ਬਹੁਤ ਧੰਤਾ ਦੇ ਯੋਗ ਅਤੇ ਵੱਡੇ ਭਾਗਾਂ ਵਾਲਾ ਸਮਝੇ ਸਾਧਸੰਗ ਜੀ। ਅੱਜ ਦਾ ਜੋ ਪ੍ਰਸੰਗ, ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਗੁਰੂ ਘਰ ਦੇ ਨਿਵਾਜੇ ਅਤੇ ਸਤਿਕਾਰੇ ਸੂਬਾ ਮਨਜੀਤ ਸਿੰਘ ਜੀ ਸਹਿਤ ਪਰਿਵਾਰ ਨੇ ਆਪਣੇ ਸਯੋਗ ਸਪੁੱਤਰ ਕਾਕਾ ਮਹਿੰਦਰ ਸਿੰਘ ਦਾ ਆਨੰਦ ਕਾਰਜ ਬੀਬੀ ਕਰਤਾਰ ਕੌਰ ਦੇ ਨਾਲ ਕਰਨਾ ਤੈਅ ਕੀਤਾ ਹੈ। ਇਸੇ ਖੁਸ਼ੀ ਦੇ ਨਿਮਿਤ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਦੇ ਵਾਸਤੇ ਉਹਨਾਂ ਦੀਆਂ ਬੇਅੰਤ ਬਖਸ਼ਿਸ਼ਾਂ ਦੀ ਪ੍ਰਾਪਤੀ ਕਰਨ ਦੇ ਵਾਸਤੇ ਇਹ ਮੇਲਾ, ਇਹ ਯੱਗ, ਇਹ ਹਵਨ, ਇਹ ਪਾਠ, ਇਹ ਸਤਸੰਗ, ਇਹ ਕਥਾ ਕੀਰਤਨ ਦਾ ਪ੍ਰਵਾਹ ਚਲਾ ਰਹੇ ਨੇ ਸਾਧਸੰਗ 'ਚ। ਇਸ ਖੁਸ਼ੀ ਦੇ ਮੌਕਿਆਂ ਦੇ ਵਾਸਤੇ ਅੱਜ ਸੰਸਾਰ ਜਿੰਨਾ ਖਰਚਾ, ਜਿੰਨਾ ਦਿਖਾਵਾਪਨ ਸੰਸਾਰ ਦੇ ਉੱਤੇ ਇਸ ਆਨੰਦ ਕਾਰਜ ਦੀ ਮਰਿਆਦਾ ਦੀ ਖੁਸ਼ੀ ਦੇ ਨਿਮਿਤ ਕਰਦਾ, ਇਹ ਸਤਿਗੁਰੂਆਂ ਦੀ ਬਖਸ਼ਿਸ਼ ਤੋਂ ਬਿਨਾਂ ਵਿਅਕਤੀ ਇਹ ਬਾਹਰੀ ਆਡੰਬਰ ਅਤੇ ਦਿਖਾਵੇ ਤੋਂ ਬਚਣਾ ਬਹੁਤ ਮੁਸ਼ਕਿਲ ਹੈ ਅੱਜ ਦੇ ਸਮੇਂ ਦੇ ਵਿੱਚ। ਸਾਧਸੰਗਤ 'ਚ ਸੂਬਾ ਜੀ ਅਤੇ ਪਰਿਵਾਰ 'ਤੇ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ। ਐਸਾ ਮਨ ਸੂਬਾ ਜੀ ਨੂੰ ਦਿੱਤਾ, ਪਰਿਵਾਰ ਨੂੰ ਦਿੱਤਾ, ਜੋ ਸਤਿਗੁਰਾਂ ਦੀ ਦੱਸੀ ਮਰਿਆਦਾ ਦੇ ਅਨੁਸਾਰ ਸਤਸੰਗ, ਸੇਵਾ, ਗੁਰਬਾਣੀ ਦੇ ਨਾਲ ਜੁੜ ਕੇ ਇਸ ਖੁਸ਼ੀ ਨੂੰ ਮਨਾ ਰਹੇ ਨੇ, ਖੁਸ਼ੀ ਨੂੰ ਵਧਾ ਰਹੇ ਨੇ। ਆਪ ਸਾਰੇ ਪਰਿਵਾਰ, ਸਾਧ ਸੰਗਤ, ਰਿਸ਼ਤੇਦਾਰਾਂ ਦੇ ਨਾਲ ਵੰਡ ਰਹੇ ਨੇ, ਇਹ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸ ਕਾਰਜ ਨੂੰ ਨਿਰਵਿਘਨ ਸੰਪੂਰਨ ਕਰਨ ਅਤੇ ਬੱਚੀ ਬੱਚੇ ਨੂੰ ਜੀਵਨ ਦੇ ਵਿੱਚ ਮਹਾਨ ਖੁਸ਼ੀਆਂ ਦੀ ਪ੍ਰਾਪਤੀ ਹੋਵੇ, ਕਿਰਪਾ ਕਰਨ ਸਤਿਗੁਰੂ ਜੀ। ਇੱਥੇ ਇਹੀ ਅਰਦਾਸ, ਇਹੀ ਆਸ਼ੀਰਵਾਦ ਆਪਾਂ ਸਾਰਿਆਂ ਨੇ ਇਹਨਾਂ ਨੂੰ ਦੇ ਕੇ ਜਾਣਾ, ਇਹੀ ਅਰਦਾਸ ਪ੍ਰਾਰਥਨਾ ਸਤਿਗੁਰਾਂ ਦੇ ਅੱਗੇ ਕਰਕੇ ਜਾਣੀ ਹੈ। ਸਤਿਗੁਰੂ ਇਹਨਾਂ ਦੋਨਾਂ 'ਤੇ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣ, ਆਪਸ ਵਿੱਚ ਪ੍ਰੇਮ ਮੁਹੱਬਤ ਦੀ ਦਾਤ ਬਖਸ਼ਣ ਅਤੇ ਮਾਤਾ ਪਿਤਾ ਦੇ ਆਗਿਆਕਾਰ ਅਤੇ ਸੇਵਾ ਭਾਵਨਾ ਦੇ ਨਾਲ ਇਹਨਾਂ ਦਾ ਮਨ ਹਮੇਸ਼ਾ ਵਾਸਤੇ ਭਰਿਆ ਰਹੇ ਸਾਧਸੰਗ 'ਚ। ਹੁਣ ਥੋੜ੍ਹੀਆਂ ਜਿਹੀਆਂ ਬੇਨਤੀਆਂ ਸਮੇਂ ਅਨੁਸਾਰ ਦਾਸ ਆਪ ਦੇ ਸਾਹਮਣੇ ਰੱਖਣ ਲੱਗਾ। ਸਾਹਿਬਾਂ ਦੀ ਜਦੋਂ ਗੁਰਬਾਣੀ ਪੜ੍ਹੀਏ, ਉਹ ਗ੍ਰਸਤੀ ਦੇ ਲੱਛਣ ਕੀ ਦੱਸਦੇ ਨੇ? ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਔਰ ਭਾਈ ਗੁਰਦਾਸ ਇੱਕ ਕਵਿਤ ਦੇ ਵਿੱਚ ਲਿਖਦੇ ਨੇ, ਜੈਸੇ ਸਕਲ ਸਰਤ ਮੈਂ ਸਮੁੰਦਰ ਬਡੋ, ਮੇਰ ਮੈਂ ਸਮੇਰ ਬਡੋ ਜਗਤ ਬਖਾਨ ਹੈ, ਬਿਰਖ ਮੈਂ ਜੈਸੇ ਸਕਲ ਚੰਦਨ ਬਿਰਖ ਬਡੋ,
तात मैं कनक बड़ो अत उत्तम बखान है, रागन मैं श्री राग पारस पखान बड़ो, पशुअन में हंस मृग राजन मैं सारदूल, ज्ञानन मैं ज्ञान अर ध्यानन मैं ध्यान गुर, सकल धर्म मैं ग्रस्त प्रधान है। ये सिख फिलोसफी सिख दर्शन ग्रस्त धर्म नू किन्नी वड्याई देंदा है। और सिख दर्शन दे महान फिलोसफर भाई साहब भाई गुरदास जी, जिन्ना नू भाई गुरदास गुरु हरगोबिंद साहब सच्चे पातशाह ने अपनी गलवकड़ी दे विच लै के कीरतपुर साहब दे विच बख्शिशां कीतियां। ए भाई गुरदास, मेरा दिल करदा मैं तेनू अपने आसन दे बिठा लवां। जदो सिख दे उत्ते सतगुरु टुटदा ना, जदो सिख दे कर्मा दे उत्ते सतगुरु प्रसन्न हो जांदा, फिर सतगुरु कहिंदा मेरे कोल जो भी कुछ है मैं अपने सिख नू दे दवां, साध संगत च दे दवां। गुरु हरगोबिंद साहब सच्चे पातशाह कहिंदे ने भाई गुरदास, ये श्री आदि ग्रंथ की बाणी एक ताले की न्याई है, एक लौक है, और तेरे रचे हुए कवित ते स्वये इहदी की ने, इहदी चाबी ने। जिन्हें गुरबाणी दे आशे ते अर्थ नू समझना होएगा, तेरी इस कवित ते स्वइयां नू पढ़ के ही गुरबाणी दा भाव समझ सकदा सा संगत। और भाई साहब भाई गुरदास जी ग्रस्त दी परिभाषा और ग्रस्त दी सिफत किस तरह करदे ने, थोड़े जे शब्दां द्वारा वेखो। कहिंदे ने जैसे सकल सरत मैं समुद्र बड़ो, कहिंदे ने जिस तरह सारियां नदियां दे विचों जिन्हें भी संसार दे विच जल दे स्रोत ने, जिथों व्यक्ति नू जल दी प्राप्ति हुंदी है, चाहे झरने ने चाहे नदियां ने चाहे तालाब ने, कहिंदे ने उन्हां सारियां दे विचों समुद्र दी जो वड्याई ते विशालता, ओ नदियां कोलों झरनियां दे कोलों तालाब दे कोलों प्राप्त नहीं हो सकती। सा संगत जी, जिस तरह इस संसार दे विच बहुत प्रकार दे रुख ने, ट्रीस दरखत ने, पर चंदन वर्गे रुख दी खुशबू ते कीमती पन, बहुत वैल्यू है चंदन दे लकड़ दी, होर दरखत दी ओनी कीमत नहीं जिन्नी चंदन दी है। साध संगत च जिस तरह संसार दे उते लोहा तांबा कांच बहुत सारिया तातां ने, मटीरियल ने, पर गोल्ड वर्गा कीमती तातु कोई नहीं गा। साध संगत च जैसे संसार दे विच बहुत सारे पक्षी ने, बर्ड्स ने, हंस वर्गा कोई पक्षी नहीं। साध संगत च नहीं गा। जिस तरह संसार दे विच बहुत सारे जानवर ने, कुत्ते बिल्लियां हाथी घोड़े, पर उस परमात्मा ने शेर नू लायन नू टाइगर नू जिन्नी वड्याई दिती है, जिन्ना बल ते उत्साह ते जोश दिता है, उन्ना होर किसे जानवरां नू नहीं दिता। सा संगत कहिंदे ने जिस तरह रागां दे विचों बहुत सारे राग बिलावल है, भैरवी है, जिहड़े संगीत दे जानकार लोग ने उन्हां नू पता है सारे रागां दे विच श्री राग महान राग है, होर रागां दे विचों श्री राग दी बड़ी वड्याई है। इसे प्रकार संसार दे उत्ते पत्थर बहुत तरह दे ने, पर पारस वर्गा पत्थर कोई नहीं। इसे प्रकार ज्ञान बहुत सारे, नॉलेज बहुत सारी है संसार दे विच। अज इलेक्ट्रॉनिक मीडिया दे द्वारा दुनिया दे कोने कोने दी जानकारी असी रखदे हां, पर अपनी आत्मा दे ज्ञान तो उत्तम ज्ञान कोई नहीं। इसे प्रकार ध्यानन मैं ध्यान गुर,
व्यक्ति जीवन दे विच बहुत वस्तु पदार्थ ते व्यक्तियां दा ध्यान करदा है, परिवार दा ध्यान, धन दा ध्यान, बच्चे बच्चियां दा ध्यान। मन दे विच व्यक्ति किते भी चला जावे पर अपने परिवार तो दूर नहीं हुंदा, क्योंकि परिवार दिल दे विच बैठा है। किन्ने भी किलोमीटर दी यात्रा करदा जावे, परिवार दी चिंता फिक्र दा एहसास हमेशा दिल च बनिया रहिंदा। तन पदार्थ चाहे बैंक च पिया, चाहे अलमारी च पिया, उदा एहसास ते याद हमेशा दिल च बनी रहिंदी है, बनी रहिंदी है। बाहरी रूप च व्यक्ति ने उनु बैंक और अलमारी च जरूर रखिया, पर अंदर भी अपने उनु बनाई रखदा है हमेशा। पर भाई गुरदास कहिंदे ने ध्यानन मैं ध्यान गुर, व्यक्ति ध्यान संसार दे बहुत पदार्थां दा करदा है, पर सारे ध्याना चो महान ध्यान केड़ा है, जिहड़ा अपने गुरु की मूर्ति दिल दे विच वसा के हमेशा उस मूर्ति का ध्यान करदा सत्संग। ज्ञानन मैं ज्ञान, ध्यानन मैं ध्यान गुर, सकल धर्म मैं ग्रस्त प्रधान है। कहिंदे ने ऐ भाई लोको, जिस तरह सारे जलां दे विचो समुद्र दा जल महान है, विशाल है, जैसे सारे दरख्तां दे विचो चंदन दे रुख दी कीमत ते महानत है, जैसे सारे धातुआं दे विचों सोने दी महानत है, जैसे सारे पक्षियां चो हंस महान है, जैसे सारे जानवरां दे विचों शेर टाइगर दी महानत है, जैसे सारे पत्थरां दे विचों पारस दी महानत है, जैसे सारे ज्ञाना चो आत्म ज्ञान दी महानत है, जैसे सारे ध्याना चो गुरु दे ध्यान दी महानत है, इसे प्रकार सारे धर्मां दे विचों ग्रस्त धर्म दी प्रधानता ते महानता है सत्संग। सिख दर्शन ने ग्रस्त धर्म नूं बहुत महान आख्या, बहुत महान आख्या। जे हिंदू दर्शन नूं थोड़ा जिहा पढ़िए, समझन दा प्रयास करिए, जीवन नूं व्यवस्थित बनाउण दा नाम है, क्योंकि मानव जीवन बहुत दुर्लभ है। कबीर, मानस जन्म दुलंब है, होए न बारे बार, ज्यों बन फल पाके भोए गिरे, बहुर न लागे डार। भाव इस मानव जीवन नु महान दस्या, दुर्लभम त्रयमेव एतत् दैव अनुग्रह हेतुकम मनुष्यत्वम मुमुक्षुत्वम महापुरुष संश्रया। 84 लख योनिया दे विच ये मानव जीवन की प्राप्ति होना महान है, महान है, क्योंकि बहुत कुछ बनन की पॉसिबिलिटी ये अंदर है, बहुत कुछ प्राप्त करन की योग्यता परमात्मा ने 84 लख योनिया दे विचों मनुख नू दित्ती है, सत्संग दित्ती है। अगर इस योग्यता का, इस कुशलता का इन्हें फायदा नहीं उठाया, 84 लख जौन उपाई, मानस को प्रब दी ई वडियाई, इस पौड़ी ते जो नर चूकै से आए जाए दुख पाएंदा। मानव जीवन व्यर्थ भी जा सकता है, ये मानव जीवन ऐसा है, मनुख तो व्यक्ति परमात्मा बन सकता है, ये मनुख जीवन ऐसा है, मानव तो देवता बन सकता है, खिमा करना, ये मनुख जीवन ऐसा है, व्यक्ति मनुख तो पशु भी बन सकता है, बन सकता है। ये जरूरी नहीं जिन्नू अज मनुख दी योनी मिली है वो मरण तो बाद फिर दोबारा मनुख बन जावे, ये ते कर्मां दे उत्ते लेखे निबड़ने ने। ये जो पशु पक्षियां दी योनी परमात्मा ने बनाई है, उस योनिया दी जो मजबूरी और दुख परमात्मा ने दिते ने, परमात्मा दा उन्हां योनिया दे नाल कोई विरोध नहीं, कोई वैर भाव नहीं, आपो अपने कीते कर्मां दा फल भोगन दे वास्ते उन्हां योनिया दी प्राप्ति हुंदी है। मैं ज़्यादा विस्तार नहीं जाना, बस एक तो छोटी जी मैं आपके सामने उन्हां जीवन दी परतंत्रता ते दुख नूं उपस्थित कर दवां। जिस तरह ये बोलना है, असी अपनी फीलिंग्स नू एक्सप्रेस कर सकते हैं,
ਅਸੀਂ ਆਪਣੀ ਫੀਲਿੰਗ ਨੂੰ ਦੂਸਰਿਆਂ ਤੱਕ ਪਹੁੰਚਾ ਸਕਦੇ ਹਾਂ, ਆਪਣੇ ਪ੍ਰੇਮ ਨੂੰ, ਆਪਣੇ ਵੈਰ ਵਿਰੋਧ ਨੂੰ ਦੂਸਰਿਆਂ ਸਾਹਮਣੇ ਪ੍ਰਗਟ ਕਰਨ ਦਾ, ਦਿਖਾਉਣ ਦਾ ਜੋ ਸਭ ਤੋਂ ਵਧੀਆ ਮਾਧਿਅਮ ਹੈ ਉਹ ਇਹ ਜੀਵ ਹੈ, ਇਹ ਵਾਕ ਇੰਦਰੀ ਹੈ। ਸੋ ਬਈ ਨਮਸਕਾਰ, ਉੱਤੇ ਆ ਜਾਓ। ਸਭ ਤੋਂ ਵਧੀਆ ਮਾਧਿਅਮ ਇਹ ਹੈ, ਪਸ਼ੂਆਂ ਦੇ ਕੋਲ ਇਹ ਬਾਣੀ ਨਹੀਂ ਗੀ ਸਾਧ ਸੰਗਤ 'ਚ, ਕਦੇ ਉਹਨਾਂ ਦੇ ਜੀਵਨ ਦੀ ਇਹ ਮਜ਼ਬੂਰੀ ਸਮਝ ਸਕਦੇ ਹੋ? ਪਸ਼ੂ ਬੋਲ ਕੇ ਨਹੀਂ ਦੱਸ ਸਕਦਾ, ਸਾਨੂੰ ਭੁੱਖ ਲੱਗੀ ਹੈ, ਸਾਨੂੰ ਕੋਈ ਦੁੱਖ ਤਕਲੀਫ ਹੈ, ਅਸੀਂ ਬੋਲ ਕੇ ਦੱਸ ਸਕਦੇ ਹਾਂ, ਪਸ਼ੂ ਨਹੀਂ ਦੱਸ ਸਕਦਾ। ਪਸ਼ੂ ਦੇ ਜੀਵਨ ਦੀ ਮਜ਼ਬੂਰੀ ਵੇਖੋ, ਪਸ਼ੂ ਦੇ ਜੀਵਨ ਦੀ ਤਕਲੀਫ ਵੇਖੋ। ਅਸੀਂ ਕਿਸੇ ਨੂੰ ਪ੍ਰੇਮ ਕਰੀਏ ਨਾ, ਜਿੰਨਾ ਚਿਰ ਉਹਨੂੰ ਦੱਸ ਨਾ ਦਈਏ, ਉਹ ਪ੍ਰੇਮ ਦਾ ਅਹਿਸਾਸ ਹੋਰ ਗੂੜਾ ਨਹੀਂ ਹੁੰਦਾ। ਜੇ ਕਿਸੇ ਨਾਲ ਵੈਰ ਵਿਰੋਧ ਹੋਵੇ, ਜਿੰਨਾ ਚਿਰ ਉਹਨੂੰ ਗਾਲ ਨਾ ਕੱਢ ਲਈਏ, ਬੁਰਾ ਭਲਾ ਨਾ ਕਹਿ ਲਈਏ, ਚਿੱਤ ਹਮੇਸ਼ਾ ਚੰਚਲ ਅਤੇ ਦੁਖੀ ਰਹਿੰਦਾ। ਇਹ ਬਾਣੀ, ਇਹ ਬੋਲਣਾ, ਇਹ ਸਪੀਚ ਕਰਨਾ ਵਿਅਕਤੀ ਦੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਬਣਾ ਦਿੰਦਾ, ਬਹੁਤ ਸੁਖਦ ਬਣਾ ਦਿੰਦਾ। ਪਰ ਪਸ਼ੂਆਂ ਦੇ ਕੋਲ ਇਹ ਕੁਆਲਿਟੀ ਨਹੀਂ, ਇਹ ਪਰਮਾਤਮਾ ਨੇ ਮਨੁੱਖ ਨੂੰ ਦਿੱਤੀ ਹੈ। ਹੋਰ ਵੀ ਬਹੁਤ ਸਾਰੀਆਂ ਯੋਗਿਅਤਾ ਔਰ ਕੁਸ਼ਲਤਾ ਵਿਅਕਤੀ ਨੂੰ ਦਿੱਤੀਆਂ। ਅਗਰ ਮਾਨਵ ਜੀਵਨ ਨੂੰ ਸਫਲ ਨਹੀਂ ਕੀਤਾ, ਵਿਅਕਤੀ ਨੇ ਉਸ ਪਰਮਾਤਮਾ ਦੀ ਦਿੱਤੀ ਹੋਈ ਇਹ ਮਹਾਨ ਦਾਤ ਮਨੁੱਖ ਜੀਵਨ ਨੂੰ ਵਿਅਰਥ ਗਵਾ ਦਿੰਦਾ ਸਾਧਸੰਗਤ 'ਚ। ਇਸ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਵਾਸਤੇ, ਜ਼ਿੰਦਗੀ ਨੂੰ ਇੱਕ ਸੰਯਤ ਨਿਯੰਤ੍ਰਿਤ ਜੀਵਨ ਜਿਉਣ ਦੇ ਵਾਸਤੇ, ਸਾਡੇ ਰਿਸ਼ੀਆਂ ਨੇ, ਸਾਡੀ ਭਾਰਤੀਯ ਸੰਸਕ੍ਰਿਤੀ ਔਰ ਸੱਭਿਅਤਾ ਨੇ ਜੀਵਨ ਨੂੰ ਇੱਕ ਜਿਉਣ ਦਾ ਆਧਾਰ ਦਿੱਤਾ। ਜੀਵਨ ਦੇ ਚਾਰ ਵਿਭਾਜਨ ਕੀਤੇ ਕਿ ਆਪਣੇ ਜੀਵਨ ਨੂੰ ਇਸ ਢੰਗ ਦੇ ਨਾਲ ਜੀਵਿਆ ਜਾਵੇ ਤਾਂ ਕਿ ਸੰਸਾਰ ਵੀ ਸਿੱਧ ਹੋ ਜਾਵੇ ਔਰ ਮਰਨ ਤੋਂ ਪਹਿਲਾਂ ਪਰਮਾਤਮਾ ਦੀ ਯਾਦ ਵੀ ਗੂੜੀ ਬਣ ਜਾਵੇ ਸਾਧਸੰਗਤ 'ਚ। ਪਹਿਲੀ ਚੀਜ਼ ਬ੍ਰਹਮਚਰੀ ਆਸ਼ਰਮ। ਇਸ ਜੀਵਨ ਦੀ ਆਯੂ ਦਾ ਇੱਕ ਮੋਟਾ ਮੋਟਾ ਆਕਲਨ ਕਰਕੇ ਸਾਡੇ ਰਿਸ਼ੀਆਂ ਨੇ 100 ਸਾਲ ਦੀ ਉਮਰ ਵਿਅਕਤੀ ਦੀ ਨੀਅਤ ਕੀਤੀ, ਤੈਅ ਕੀਤੀ। ਜ਼ਿੰਦਗੀ ਦੇ ਜਿਹੜੇ ਪਹਿਲੇ 25 ਸਾਲ ਨੇ ਉਹਨਾਂ ਨੂੰ ਬ੍ਰਹਮਚਰੀਏ ਆਸ਼ਰਮ ਆਖਿਆ। ਜਨਮ ਤੋਂ ਲੈ ਕੇ 25 ਸਾਲ ਦੀ ਅਵਸਥਾ ਦੇ ਵਿੱਚ ਇਹ ਮਨੁੱਖ ਵਿੱਦਿਆ ਪ੍ਰਾਪਤ ਕਰੇ, ਜ਼ਿੰਦਗੀ 'ਚ ਕੋਈ ਸਕਿੱਲ ਪ੍ਰਾਪਤ ਕਰੇ, ਕੋਈ ਗੁਣ ਪ੍ਰਾਪਤ ਕਰੇ, ਕੋਈ ਯੋਗਿਅਤਾ ਪ੍ਰਾਪਤ ਕਰੇ ਤਾਂ ਕਿ ਆਪਣੇ ਪੈਰਾਂ 'ਤੇ ਵਿਅਕਤੀ ਖੜ੍ਹਾ ਹੋਵੇ। ਜਿਹਨੇ ਜ਼ਿੰਦਗੀ ਦੇ ਇਹ ਪਹਿਲੇ 25 ਸਾਲਾਂ ਦਾ ਸਹੀ ਉਪਯੋਗ ਨਹੀਂ ਕੀਤਾ, ਉਹ ਸਾਰੀ ਜ਼ਿੰਦਗੀ ਰੋਂਦਾ ਰਹਿੰਦਾ, ਸਾਰੀ ਜ਼ਿੰਦਗੀ ਦੂਸਰਿਆਂ ਦਾ ਗੁਲਾਮ ਬਣਿਆ ਰਹਿੰਦਾ। ਅਗਰ ਮੈਂ ਇਹ ਕਹਿ ਦਿਆਂ, ਸਾਰੀ ਜ਼ਿੰਦਗੀ ਵਿਅਕਤੀ ਨੌਕਰ ਬਣਿਆ ਰਹਿੰਦਾ ਸਾਧਸੰਗਤ 'ਚ। ਜ਼ਿੰਦਗੀ 'ਚ ਕੋਈ ਯੋਗਿਅਤਾ ਨਹੀਂ ਅਰਜ ਕੀਤੀ। ਯੇਸ਼ਮ ਨਾ ਵਿੱਦਿਆ ਨਾ ਤਪੋ ਨਾ ਗਿਆਨਮ, ਗਿਆਨਮ ਨਾ ਸ਼ੀਲਮ, ਨਾ ਗੁਣੋ ਨਾ ਧਰਮਾ, ਤੇ ਮਰਤਿਆ ਲੋਕੇ ਭੂਈ ਭਾਰ ਭੂਤਾ, ਮਨੁਸ਼ਾ ਰੂਪੇਨ ਮ੍ਰਿਗਾਸ਼ਚਰੰਤੀ। ਭਰਤਰੀ ਹਰੀ ਜੀ ਕਹਿੰਦੇ ਨੇ, ਜਿਹਨੇ ਜ਼ਿੰਦਗੀ 'ਚ ਕੋਈ ਵਿੱਦਿਆ ਨਹੀਂ ਪ੍ਰਾਪਤ ਕੀਤੀ, ਕੋਈ ਗੁਣ ਨਹੀਂ ਪ੍ਰਾਪਤ ਕੀਤਾ, ਕੋਈ ਕੁਸ਼ਲਤਾ ਨਹੀਂ ਪ੍ਰਾਪਤ ਕੀਤੀ, ਕਹਿੰਦੇ ਨੇ ਉਹ ਤੇ ਮਨੁੱਖ ਮਿਰਗ ਦੀ ਤਰ੍ਹਾਂ ਨਿਆਈ ਬਿਨਾਂ ਪੂਛ ਤੋਂ ਪਸ਼ੂ ਫਿਰਦਾ ਪਿਆ ਸਾਧਸੰਗਤ 'ਚ। ਖਿਮਾ ਕਰਨਾ, ਜ਼ਿੰਦਗੀ ਦੇ ਜੋ ਪਹਿਲੇ 25 ਸਾਲ ਨੇ ਪੂਰੀ ਮਿਹਨਤ ਦੇ ਨਾਲ ਐਜੂਕੇਸ਼ਨ ਪ੍ਰਾਪਤ ਕੀਤੀ ਜਾਵੇ, ਕੋਈ ਸਕਿੱਲ ਪ੍ਰਾਪਤ ਕੀਤੀ ਜਾਵੇ ਤਾਂ ਕਿ ਜ਼ਿੰਦਗੀ ਦਾ ਅਗਲਾ ਜੀਵਨ ਬੜਾ ਸੁਖਮੈ ਬਤੀਤ ਹੋਵੇ। ਕਿਉਂਕਿ ਜ਼ਿੰਦਗੀ ਦੇ ਵਿੱਚ ਧਨ ਪਦਾਰਥ ਦੀ ਵੀ ਜ਼ਰੂਰਤ ਹੈ ਔਰ ਬਿਨਾਂ ਗੁਣ ਤੋਂ ਵਿਅਕਤੀ ਕੋਲ ਧਨ ਪਦਾਰਥ ਸੌਖੇ ਰੂਪ ਦੇ ਵਿੱਚ ਨਹੀਂ ਆਉਂਦਾ ਸਾਧਸੰਗਤ 'ਚ। ਪੇਟ 'ਤੇ ਪਸ਼ੂ ਪੰਛੀ ਵੀ ਪਾਲ ਲੈਂਦੇ ਨੇ, ਪਰ ਆਪਣੀ ਜ਼ਿੰਦਗੀ ਦਾ ਇੱਕ ਸਟੇਟਸ ਬਣਾਉਣ ਦੇ ਵਾਸਤੇ ਵਿਅਕਤੀ ਨੂੰ ਹਾਇਰ ਐਜੂਕੇਸ਼ਨ ਪ੍ਰਾਪਤ ਕਰਨੀ ਚਾਹੀਦੀ ਹੈ।
ਉਹਦੇ ਵਾਸਤੇ ਜ਼ਿੰਦਗੀ ਦੇ ਪਹਿਲੇ 25 ਸਾਲ ਨੇ ਜਿਹਨੂੰ ਸ਼ਾਸਤਰੀ ਭਾਸ਼ਾ ਦੇ ਵਿੱਚ ਲੈਂਗੁਏਜ ਜੋ ਸਾਡੀ ਸੰਸਕ੍ਰਿਤੀ ਨੇ ਵਰਤੀ ਹੈ ਉਹਦਾ ਨਾਮ ਹੈ ਬ੍ਰਹਮਚਰੀ ਆਸ਼ਰਮ। ਔਰ 25 ਸਾਲ ਤੋਂ ਲੈ ਕੇ 50 ਸਾਲ ਦੀ ਜੋ ਉਮਰ ਹੈ ਉਹਦਾ ਨਾਮ ਹੈ ਗ੍ਰਸਥ ਆਸ਼ਰਮ। ਹੁਣ ਯੋਗਿਅਤਾ ਪ੍ਰਾਪਤ ਹੈ, ਵਿਅਕਤੀ ਕੋਲ ਕੁਆਲਿਟੀ ਹੈ, ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਦਾ, ਆਪਣਾ ਅਤੇ ਦੂਸਰਿਆਂ ਦਾ ਪੇਟ ਕਮਾ ਕੇ ਪਾਲ ਸਕਦਾ, ਆਪਣੇ ਮਾਤਾ ਪਿਤਾ ਵਾਸਤੇ ਧਨ ਲਿਆ ਸਕਦਾ। ਸ਼ਾਸਤਰ ਕਹਿੰਦਾ ਹੁਣ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰ ਜਾਵੇ। ਬੱਚੇ ਬੱਚੀਆਂ ਪੈਦਾ ਹੋਣ, ਉਹਨਾਂ ਦੀ ਜ਼ਿੰਮੇਵਾਰੀ ਪੂਰੀ ਕਰੇ, ਉਹਨਾਂ ਨੂੰ ਜਿਸ ਤਰ੍ਹਾਂ ਸਾਡੇ ਮਾਤਾ ਪਿਤਾ ਨੇ, ਮੇਰਾ ਵਿਸ਼ੇ ਵਿਖਰ ਜਾਏਗਾ, ਮੈਂ ਇਸ ਕਰਕੇ ਕਿਸੇ ਹੋਰ ਪਾਸੇ ਨਹੀਂ ਜਾਣਾ, ਕਿਉਂਕਿ ਪ੍ਰਤੀਕ ਮਨੁੱਖ ਜਦੋਂ ਪੈਦਾ ਹੁੰਦਾ ਨਾ ਉਹਦੇ ਉੱਤੇ ਨੈਚੁਰਲੀ ਰੂਪ ਦੇ ਵਿੱਚ ਤਿੰਨ ਪ੍ਰਕਾਰ ਦਾ ਰਿਣ ਕਰਜ਼ਾ ਚੜ੍ਹ ਜਾਂਦਾ ਸਾਧ ਸੰਗਤ 'ਚ। ਪਿੰਨੂ ਕਹਿੰਦੇ ਨੇ ਪਿਤਰੀ ਰਿਣ, ਦੂਸਰਾ ਹੈ ਗੁਰੂ ਰਿਣ, ਤੀਸਰਾ ਹੈ ਰਿਸ਼ੀ ਰਿਣ। ਇਹ ਨੇਚਰ ਦਾ ਇੱਕ ਕਰਜ਼ਾ ਸਾਡੇ ਉੱਤੇ, ਜਿਸ ਤਰ੍ਹਾਂ ਉਸ ਪ੍ਰਕਿਰਤੀ ਨੇ, ਉਸ ਪਰਮਾਤਮਾ ਨੇ ਸਾਡੇ ਇਸ ਜੀਵਨ ਨੂੰ ਖਿਲਾਉਣ ਦੇ ਵਾਸਤੇ ਇੱਕ ਮਾਤਾ ਪਿਤਾ ਨੂੰ ਚੂਜ਼ ਕੀਤਾ। ਅਸੀਂ ਆਪਣੀ ਮਰਜ਼ੀ ਦੇ ਨਾਲ ਮਾਤਾ ਪਿਤਾ ਚੁਣ ਕੇ ਜਨਮ ਨਹੀਂ ਲੈਂਦੇ। ਜੇ ਆਪਣੀ ਮਰਜ਼ੀ ਦੇ ਨਾਲ ਮਾਤਾ ਪਿਤਾ ਚੁਣ ਕੇ ਸਾਨੂੰ ਜਨਮ ਲੈਣਾ ਪੈਂਦਾ, ਸ਼ਾਇਦ ਕੋਈ ਵੀ ਗਰੀਬ ਘਰ ਦੇ ਵਿੱਚ ਪੈਦਾ ਨਹੀਂ ਹੁੰਦਾ। ਅਗਰ ਆਪਣੀ ਮਰਜ਼ੀ ਦੇ ਨਾਲ ਸਰੀਰ ਲੈ ਕੇ ਪੈਦਾ ਹੋਣਾ ਹੁੰਦਾ, ਸ਼ਾਇਦ ਕੋਈ ਵੀ ਰੋਗੀ ਪੈਦਾ ਨਾ ਹੁੰਦਾ, ਸ਼ਾਇਦ ਕੋਈ ਵੀ ਬਦਸੂਰਤ ਪੈਦਾ ਨਾ ਹੁੰਦਾ, ਸ਼ਾਇਦ ਕੋਈ ਵੀ ਛੋਟੀ ਆਯੂ ਲੈ ਕੇ ਪੈਦਾ ਨਾ ਹੁੰਦਾ। ਇਹ ਤੈਅ ਉਹ ਪਰਮਾਤਮਾ ਕਰਦਾ, ਉਹ ਪ੍ਰਕਿਰਤੀ, ਉਹ ਨੇਚਰ ਕਰਦਾ। ਸਾਧਸੰਗਤ 'ਚ ਪਰਮਾਤਮਾ ਨੇ ਸਾਡੇ ਇਸ ਜੀਵਨ ਨੂੰ ਖਿਲਾਉਣ ਦੇ ਵਾਸਤੇ ਸਾਨੂੰ ਇਹ ਨਵੇਂ ਕਰਮ ਕਰਕੇ ਜੀਵਨ ਦੀ ਇੱਕ ਮਹਾਨ ਉਪਲਬਧੀ ਨੂੰ ਪ੍ਰਾਪਤ ਕਰਨ ਵਾਸਤੇ ਜੋ ਅਵਸਰ ਦਿੱਤਾ, ਉਸ ਅਵਸਰ ਦਾ, ਮੌਕੇ ਦਾ ਜੋ ਨਿਮਿੱਤ ਬਣਾਇਆ ਇਸ ਮਾਤਾ ਪਿਤਾ ਨੂੰ, ਕਿਸ ਤਰ੍ਹਾਂ ਮਾਂ ਗਰਭ ਧਾਰਨ ਕਰਦੀ ਹੈ, ਕਿਸ ਤਰ੍ਹਾਂ ਪਿਤਾ ਉਹਦਾ ਪਾਲਣ ਪੋਸ਼ਣ ਕਰਦਾ, ਕਿਵੇਂ ਛੋਟਾ ਬੱਚਾ ਪੈਦਾ ਹੁੰਦਾ, ਮਾਤਾ ਪਿਤਾ ਪ੍ਰੇਮ ਪਿਆਰ ਦੇ ਨਾਲ ਪਾਲਦੇ ਨੇ, ਐਜੂਕੇਸ਼ਨ ਦਿੰਦੇ ਨੇ, ਪੜ੍ਹਾਈ ਕਰਾਉਂਦੇ ਨੇ, ਫਿਰ ਉਹਦੀ ਸ਼ਾਦੀ ਕਰਕੇ ਉਹਦਾ ਪਰਿਵਾਰ ਵਸਾ ਦਿੰਦੇ ਨੇ। ਜਿਸ ਤਰ੍ਹਾਂ ਮਾਤਾ ਪਿਤਾ ਨੇ ਸਾਡਾ ਪਾਲਣ ਕੀਤਾ, ਉਸ ਪ੍ਰਕਿਰਤੀ ਨੇ ਮਾਤਾ ਪਿਤਾ ਨੂੰ ਪ੍ਰੇਰਿਤ ਕੀਤਾ, ਇਸੇ ਪ੍ਰਕਾਰ ਸਾਡੇ ਉੱਤੇ ਵੀ ਇਹ ਪਿਤਰੀ ਰਿਣ ਹੈ। ਇਹ ਜੋ ਸੰਸਾਰ ਦੀ ਪਰੰਪਰਾ ਚੱਲਦੀ ਹੈ, ਅਸੀਂ ਵੀ ਗ੍ਰਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਕੇ, ਸ਼ਾਦੀ ਕਰਕੇ, ਫਿਰ ਉਸੇ ਤਰ੍ਹਾਂ ਬੱਚੇ ਪੈਦਾ ਕਰਕੇ ਪਾਲ ਕੇ ਜੋ ਇੱਕ ਸ੍ਰਿਸ਼ਟੀ ਦਾ ਸੰਚਾਲਨ ਚੱਲਦਾ, ਇਹ ਜੋ ਦਿਵਯ ਯੱਗ ਉਸ ਪਰਮਾਤਮਾ ਦਾ ਚੱਲਦਾ ਪਿਆ, ਉਹਦੇ ਵਿੱਚ ਸਹਿਯੋਗ ਕਰੀਏ। ਸਾਧਸੰਗਤ 'ਚ 25 ਤੋਂ ਲੈ ਕੇ 50 ਸਾਲ ਦੀ ਅਵਸਥਾ ਗ੍ਰਸਥ ਆਸ਼ਰਮ ਦੀ ਅਵਸਥਾ ਹੈ ਸਾਧਸੰਗਤ 'ਚ। ਪਰ ਰਿਸ਼ੀ ਇੱਕ ਗੱਲ ਦਾ ਸੰਕੇਤ ਕਰਦੇ ਨੇ, ਵਿਅਕਤੀ ਗ੍ਰਸਥ ਆਸ਼ਰਮ ਦੇ ਵਿੱਚ ਅਟਕਿਆ ਨਾ ਰਵੇ। ਪਰਿਵਾਰ ਦੀ ਮੋਹ ਮਾਇਆ ਮਮਤਾ ਇੰਨੀ ਜ਼ਿਆਦਾ ਵਿਅਕਤੀ ਨੂੰ ਜਕੜ ਲੈਂਦੀ ਹੈ ਕਿ ਮਰਦੇ ਦਮ ਤੱਕ ਵਿਅਕਤੀ ਪਰਿਵਾਰ ਵਾਸਤੇ ਜੀਵਨ ਬਤੀਤ ਕਰਦਾ ਰਹਿੰਦਾ। ਜ਼ਿੰਦਗੀ ਦੇ ਵਿੱਚ ਇਹ ਕਲਾ ਸਿੱਖਣੀ ਹੈ, ਸੌਖੀ ਨਹੀਂ ਪਰ ਪ੍ਰਾਪਤ ਕਰਨਾ। ਜ਼ਿੰਦਗੀ ਦੇ ਵਿੱਚ ਇਹ ਕੁਆਲਿਟੀ ਆਪਣੇ ਅੰਦਰ ਲਿਆਉਣੀ ਹੈ, ਜਿਸ ਤਰ੍ਹਾਂ ਵਿਅਕਤੀ ਬੜੇ ਪਿਆਰ ਨਾਲ ਕਿਸੇ ਚੀਜ਼ ਨੂੰ ਫੜਦਾ, ਉਸੇ ਤਰ੍ਹਾਂ ਛੱਡਣ ਦੀ ਵੀ ਕਲਾ ਵਿਅਕਤੀ ਦੇ ਅੰਦਰ ਆਉਣੀ ਚਾਹੀਦੀ ਹੈ। ਜਿੰਨੀ ਖੁਸ਼ੀ ਦੇ ਨਾਲ ਵਿਅਕਤੀ ਆਪਣੇ ਸੰਬੰਧੀ ਔਰ ਪਰਿਵਾਰ ਨੂੰ ਮਿਲਦਾ, ਵਿਛੜਦਿਆਂ ਵੀ ਵਿਅਕਤੀ ਦੇ ਅੰਦਰ ਸੁੱਖ ਦਾ ਅਹਿਸਾਸ ਹੋਣਾ ਚਾਹੀਦਾ। ਜੇ ਜ਼ਿੰਦਗੀ ਦੇ ਵਿੱਚ ਇਹ ਗਿਆਨ, ਇਹ ਕੁਸ਼ਲਤਾ, ਇਹ ਯੋਗਿਅਤਾ ਪ੍ਰਾਪਤ ਨਹੀਂ ਕੀਤੀ, ਵਿਛੜਨ ਲੱਗਿਆਂ ਮਹਾਨ ਦੁੱਖ ਹੋਏਗਾ। ਪਰਿਵਾਰ ਪਲ ਪਲ ਵਿਅਕਤੀ ਨੂੰ ਅਸ਼ਾਂਤ ਅਤੇ ਦੁਖੀ ਕਰੇਗਾ। ਜਿਸ ਪਰਿਵਾਰ ਨੂੰ ਵਸਾਇਆ ਸੀ ਸੁੱਖ ਵਾਸਤੇ, ਜਿਹਨੇ ਬੱਚੇ ਬੱਚੀਆਂ ਨੂੰ ਪੈਦਾ ਕੀਤਾ ਸੀ ਆਪਣੀ ਸਹਾਇਤਾ ਦੇ ਵਾਸਤੇ, ਅੱਜ ਉਹ ਪਰਿਵਾਰ ਦੁੱਖ ਦਾ ਕਾਰਨ ਬਣ ਜਾਏਗਾ। ਉਹ ਪਰਿਵਾਰ, ਉਹ ਬੱਚੇ ਵਿਅਕਤੀ ਦੇ ਬੋਝ ਬਣ ਜਾਣਗੇ।
ਗ੍ਰਸਤ ਦੇ ਨਾਲ ਚਿਪਕਣਾ ਉਹਨਾਂ ਕੀ ਹੈ ਤਾਂ ਕਿ ਛੱਡਣ ਵੇਲੇ ਦੁੱਖ ਦਾ ਅਹਿਸਾਸ ਨਾ ਹੋਵੇ। ਰਿਸ਼ੀ ਕਹਿੰਦੇ ਨੇ 25 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਪਰਿਵਾਰ ਦਾ ਪਾਲਣ ਪੋਸ਼ਣ ਪੂਰੀ ਮਿਹਨਤ ਨਾਲ ਕਰ, ਪੂਰੇ ਪੁਰਸ਼ਾਰਥ ਕਰਕੇ ਦਿਨ ਰਾਤ ਕਰਕੇ ਧਨ ਕਮਾ, ਆਪਣੇ ਬੱਚੇ ਬੱਚੀਆਂ ਨੂੰ ਪੈਰਾਂ 'ਤੇ ਖੜਾ ਕਰ, ਉਹਨਾਂ ਨੂੰ ਇੰਨਾ ਧਨ ਕਮਾ ਕੇ ਦੇ ਦੇ ਕਿ ਉਹਨਾਂ ਦੀ ਜ਼ਿੰਦਗੀ ਸੁਖਮੇ ਬਣ ਸਕੇ। ਪਰ 50 ਸਾਲ ਦੀ ਉਮਰ ਤੋਂ ਲੈ ਕੇ 75 ਸਾਲ ਦੀ ਉਮਰ ਦਾ ਨਾਮ ਹੈ ਵਾਨਪ੍ਰਸਥ ਆਸ਼ਰਮ। ਹੁਣ ਪਰਿਵਾਰ ਦੇ ਘੇਰੇ ਤੋਂ ਬਾਹਰ ਆ, ਹੁਣ ਸਮਾਜ ਵਾਸਤੇ ਜੀ, ਹੁਣ ਦੂਸਰਿਆਂ ਵਾਸਤੇ ਜੀ, ਸਾਰੀ ਜ਼ਿੰਦਗੀ ਆਪਣੇ ਅਤੇ ਆਪਣੇ ਪਰਿਵਾਰ ਵਾਸਤੇ ਜੀਵਨ ਬਤੀਤ ਕੀਤਾ, ਹੁਣ ਆਪਣੀ ਇਸ ਮਮਤਾ ਮਾਇਆ ਦੇ ਘੇਰੇ ਨੂੰ ਥੋੜ੍ਹਾ ਜਿਹਾ ਖੋਲ, ਥੋੜ੍ਹਾ ਜਿਹਾ ਤੋੜ, ਆਪਣੇ ਹਿਰਦੇ ਨੂੰ ਵਿਸ਼ਾਲ ਬਣਾ, ਦੂਸਰਿਆਂ ਵਾਸਤੇ ਜੀਣਾ ਸਿੱਖ। ਜਿਹੜੇ ਤੇਰੇ ਅੱਜ 4-5 ਜਣੇ ਸੰਬੰਧੀ ਬਣੇ ਨੇ, ਆਪਣੇ ਹਿਰਦੇ ਨੂੰ ਇੰਨਾ ਵਿਸ਼ਾਲ ਬਣਾ ਲੈ, ਸਾਰਾ ਸੰਸਾਰ ਤੇਰਾ ਸੰਬੰਧੀ ਬਣ ਜਾਵੇ। ਤੇਰੇ ਤੋਂ ਛੋਟੇ ਤੈਨੂੰ ਆਪਣੇ ਧੀਆਂ ਪੁੱਤਰਾਂ ਵਰਗੇ ਲੱਗਣ, ਤੇਰੇ ਬਰਾਬਰ ਦੇ ਤੈਨੂੰ ਆਪਣੇ ਭਰਾਵਾਂ ਵਰਗੇ ਲੱਗਣ, ਅਤੇ ਤੇਰੇ ਤੋਂ ਵੱਡੇ ਤੈਨੂੰ ਆਪਣੇ ਮਾਤਾ ਪਿਤਾ ਵਰਗੇ ਨਜ਼ਰ ਆਉਣ, ਸਾਰੇ ਸੰਸਾਰ ਨਾਲ ਆਪਣੇ ਪਨ ਦੀ ਸਾਂਝ ਪਾ ਲੈ। ਪਰਿਵਾਰ ਦੇ ਇਸ ਘੇਰੇ ਤੋਂ ਨਿਕਲ, ਨਿਕਲ। ਵਾਨਪ੍ਰਸਥ ਆਸ਼ਰਮ 50 ਸਾਲ ਤੋਂ 75 ਸਾਲ ਦੀ ਉਮਰ ਤੱਕ, ਜਿਹੜਾ 50 ਸਾਲ ਦੀ ਉਮਰ ਤੋਂ ਬਾਅਦ ਵੀ ਪਰਿਵਾਰਿਕ ਕੰਮਾਂ ਕਾਰਾਂ ਦੇ ਵਿੱਚ ਉਲਝਿਆ ਰਹਿੰਦਾ, ਸ਼ਾਸਤਰ ਇਹ ਗੱਲ ਕਹਿੰਦਾ ਵਿਅਕਤੀ ਦੁਖੀ ਹੋ ਕੇ ਜਾਏਗਾ ਸਾਧਸੰਗ। ਆਖਿਰ ਕਿੰਨੇ ਦਿਨ ਕਰ ਲਏਗਾ, ਜਾਣਾ ਤਾਂ ਪੈਣਾ ਹੀ ਹੈ, ਬੱਚੇ ਬੱਚੀਆਂ ਨੂੰ ਆਪਣੇ ਪੈਰਾਂ 'ਤੇ ਆਪੇ ਖੜ੍ਹੇ ਹੋਣਾ ਹੀ ਪੈਣਾ। ਇੱਕ ਚੀਜ਼ ਹੋਰ ਮਹਾਰਿਸ਼ੀ ਚਾਣਕਿਆ ਕਹਿੰਦੇ ਨੇ, ਕਹਿੰਦੇ ਨੇ ਜੇ ਔਲਾਦ ਯੋਗਿਆ ਹੈ ਨਾ, ਕੁਸ਼ਲ ਹੈ, ਬੁੱਧੀਮਾਨ ਹੈ, ਤਾਂ ਵੀ ਉਹਦੇ ਵਾਸਤੇ ਧਨ ਕਮਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਆਪੇ ਹੀ ਕਮਾ ਲਏਗਾ, ਉਹਦੇ ਕੋਲ ਕੁਆਲਿਟੀ ਹੈ, ਉਹ ਮਿਹਨਤ ਕਰੇਗਾ, ਜ਼ਿੰਦਗੀ 'ਚ ਸਕਸੈਸ ਅਰਜਿਤ ਕਰੇਗਾ। ਅਗਰ ਔਲਾਦ ਅੱਛੀ ਹੈ, ਉਹਦੇ ਵਾਸਤੇ ਵੀ ਜੋੜਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਆਪੇ ਕਰ ਲਏਗਾ, ਕੁਆਲਿਟੀ ਹੈ ਉਹਦੇ ਕੋਲ। ਅਗਰ ਪਰਿਵਾਰ ਔਲਾਦ ਨਿਕੰਮੀ ਹੈ, ਜਿੰਨਾ ਵੀ ਵਿਅਕਤੀ ਕਮਾ ਕੇ ਜਾਏਗਾ ਉਹ ਸਾਰਾ ਖਾ ਕੇ ਬਰਬਾਦ ਕਰ ਦੇਗਾ। ਜਿਨ੍ਹਾਂ ਨੂੰ ਸਾਲਾਂ ਬੱਧੀ ਖੜਾ ਕੀਤਾ, ਦਿਨ ਰਾਤ ਇੱਕ ਕਰਕੇ ਕਈ ਸਾਲ ਤੱਕ ਮਿਹਨਤ ਕੀਤੀ, ਉਹ ਪੈਸਾ ਇਕੱਠਾ ਕੀਤਾ, ਉਹ ਨਿਕੰਮੀ ਔਲਾਦ ਦਿਨਾਂ ਦੇ ਵਿੱਚ ਉਸ ਸਾਲਾਂ ਦੀ ਕਮਾਈ ਨੂੰ ਬਰਬਾਦ ਕਰ ਦੇਗੀ। ਮਹਾਰਿਸ਼ੀ ਚਾਣਕਿਆ ਕਹਿੰਦੇ ਨੇ ਜੇ ਔਲਾਦ ਚੰਗੀ ਹੈ ਤਾਂ ਵੀ ਬਹੁਤ ਢੇਰ ਕਮਾਉਣ ਦੀ ਜ਼ਰੂਰਤ ਨਹੀਂ, ਜੇ ਔਲਾਦ ਮਾੜੀ ਹੈ ਤਾਂ ਵੀ ਕਮਾਉਣ ਦੀ ਜ਼ਰੂਰਤ ਨਹੀਂ, ਪਰ ਤੂੰ ਆਪਣੇ ਹਰੀ ਪਰਮਾਤਮਾ ਨੂੰ ਜ਼ਰੂਰ ਤਿਆ ਲਈ, ਤੂੰ ਸਤਿਗੁਰਾਂ ਦੀ ਸ਼ਰਨਾਗਤੀ ਜ਼ਰੂਰ ਲੈ ਲਈ, ਤੂੰ ਇਸ ਮਨੁੱਖੀ ਜੀਵਨ ਨੂੰ ਸਫਲ ਜ਼ਰੂਰ ਬਣਾ ਲਈ, ਕਿਉਂਕਿ ਤੇਰਾ ਸਫਲ ਬਣਾਉਣਾ ਜ਼ਰੂਰੀ ਹੈ। ਸਾਧਸੰਗਤ ਜੀ, ਜ਼ਿੰਦਗੀ ਦੇ ਵਿੱਚ 50 ਤੋਂ ਲੈ ਕੇ 75 ਸਾਲ ਦੀ ਜੋ ਆਯੂ ਹੈ ਉਹ ਆਪਣੇ ਪਰਿਵਾਰ ਦੇ ਘੇਰੇ ਤੋਂ ਵਿਅਕਤੀ ਬਾਹਰ ਆਵੇ, ਸਮਾਜ ਵਾਸਤੇ ਜਿਉਵੇਂ, ਦੂਸਰਿਆਂ ਵਾਸਤੇ ਜਿਉਵੇਂ, ਔਰ 75 ਸਾਲ ਤੋਂ ਲੈ ਕੇ 100 ਸਾਲ ਦੀ ਜੋ ਉਮਰ ਦਾ ਜ਼ਿੰਦਗੀ ਦਾ ਚੌਥਾ ਪੜਾਅ ਹੈ ਉਹ ਸੇਵਾ ਸਿਮਰਨ ਗੁਰਬਾਣੀ ਸਤਸੰਗ ਤੋਂ ਬਿਨਾਂ ਹੁਣ ਸੰਸਾਰ ਦੇ ਸਾਰੇ ਕੰਮਾਂ ਦਾ ਪਰਿਤਿਆਗ ਕਰਦੇ ਹੋਏ ਜੇ ਸਰੀਰ ਮਾਣੀ ਮਨਦਾ ਕੰਮ ਕਰਨ ਨੂੰ ਅਤੇ ਸੇਵਾ ਦਾ ਕੰਮ ਕਰੇ, ਸਾਧ ਸੰਗਤ ਦੇ ਜੀਵਨ ਨੂੰ ਲੇਖੇ ਲਾਵੇ ਅਤੇ ਪਰਮਾਤਮਾ ਦਾ ਧਿਆਨ ਕਰਦਾ ਹੋਇਆ ਆਪਣੇ ਇਸ ਜੀਵਨ ਨੂੰ ਸਫਲ ਬਣਾਵੇ। ਸਾਧ ਸੰਗਤ 'ਚ ਸਾਡੇ ਰਿਸ਼ੀਆਂ ਨੇ ਸਾਡੀ ਇਸ ਆਯੂ ਦਾ ਜੋ ਵਿਭਾਜਨ ਹੈ, ਜੋ ਪਾਰਟੀਸ਼ਨ ਕੀਤੀ ਹੈ, ਉਹ ਇਸ ਢੰਗ ਦੇ ਨਾਲ ਕੀਤੀ ਹੈ, ਆਪਣੇ ਜੀਵਨ ਨੂੰ ਜਿਹੜਾ ਇਸ ਪ੍ਰਕਾਰ ਜੀਵੇਗਾ ਉਹਦਾ ਜ਼ਿੰਦਗੀ ਹੀ ਸਫਲ ਹੋਏਗੀ। ਕੋਈ ਇਲੈਕਟ੍ਰੀਕਲ ਵਾਇਰ ਲੰਬੀ ਜਾਂਦੀ ਹੋਵੇ, ਉਹਦੇ ਵਿੱਚ ਥੋੜ੍ਹਾ ਜਿਹਾ ਵੀ ਮੋੜ ਆ ਜਾਵੇ ਅਤੇ ਕਰੰਟ ਅੱਗੇ ਨਹੀਂ ਜਾਂਦਾ, ਅਗਰ ਵਿੱਚੋਂ ਥੋੜ੍ਹਾ ਜਿਹਾ ਵੀ ਕੋਈ ਫਿਊਜ਼ ਹੋ ਜਾਵੇ, ਤਾਰ ਟੁੱਟ ਜਾਵੇ, ਕਰੰਟ ਅੱਗੇ ਨਹੀਂ ਜਾਂਦਾ, ਚਾਹੇ ਕਰੰਟ ਕਿੰਨਾ ਵੀ ਪਿੱਛੋਂ ਫੋਰਸ ਦੇ ਨਾਲ ਆ ਰਿਹਾ, ਕਿੰਨਾ ਵੀ ਜ਼ਿਆਦਾ ਵੋਲਟੇਜ ਦੇ ਨਾਲ ਆ ਰਿਹਾ। ਇਸੇ ਪ੍ਰਕਾਰ ਅਗਰ ਵਿਅਕਤੀ ਦੇ ਜੀਵਨ ਦੇ ਅੰਦਰ ਬੜਾ ਉਤਸ਼ਾਹ, ਜੋਸ਼ ਅਤੇ ਬਲ ਹੈ,
ਪਰ ਜ਼ਿੰਦਗੀ ਨੂੰ ਇੱਕ ਸਿਸਟਮੈਟਿਕਲ ਤਰੀਕੇ ਦੇ ਨਾਲ ਨਹੀਂ ਜੀਵਿਆ ਉਹ ਜ਼ਿੰਦਗੀ ਦੁੱਖ ਬਣ ਜਾਏਗੀ ਸਾਧ ਸੰਗਤ 'ਚ ਦੁੱਖ ਬਣ ਜਾਏਗੀ ਇਸ ਕਰਕੇ ਗੁਰੂ ਪੰਚਮ ਪਾਤਸ਼ਾਹ ਗ੍ਰਿਸਤੀ ਦੀ ਪਰਿਭਾਸ਼ਾ ਕੀ ਦੱਸਦੇ ਨੇ ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਪੀਖਿਆ ਕਰੈ ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਗ੍ਰਿਸਤੀ ਦਾ ਮਤਲਬ ਇਹ ਨਹੀਂ ਇੱਕ ਦੂਸਰੇ ਦੇ ਸਰੀਰ ਦੇ ਪ੍ਰਤੀ ਵਿਅਕਤੀ ਜ਼ਿੰਦਗੀ ਪਰ ਅਟਰੈਕਟ ਰਹੇ ਇਸ ਕਾਮ ਵਾਸ਼ਨਾ ਦੇ ਸੁੱਖ ਦੇ ਵਿੱਚ ਹੀ ਉਨਮੱਤ ਰਹੇ ਅਥਵਾ ਆਪਣੇ ਬੱਚੇ ਬੱਚੀਆਂ ਦੇ ਵਿੱਚ ਹੀ ਉਲਝਿਆ ਰਹੇ ਗੁਰੂ ਅਰਜਨ ਦੇਵ ਦੇ ਅਨੁਸਾਰ ਗ੍ਰਿਸਤੀ ਕੌਣ ਹੈ ਸੋ ਗਿਰਹੀ ਜੋ ਨਿਗ੍ਰਹ ਕਰੈ ਗ੍ਰਿਸਤੀ ਉਹ ਹੈ ਜੋ ਨਿਗ੍ਰਹ ਕਰਦਾ ਆਪਣੀ ਇੰਦਰੀਆਂ ਨੂੰ ਸੰਯਤ ਕਰਨ ਦਾ ਪ੍ਰਯਾਸ ਕਰਦਾ ਆਪਣੇ ਜੀਵਨ ਨੂੰ ਭੋਗਮੇ ਨਹੀਂ ਬਣਾਉਂਦਾ ਆਪਣੇ ਜੀਵਨ ਨੂੰ ਸੰਸਾਰ 'ਚ ਉਲਝਾਉਂਦਾ ਨਹੀਂ ਇਹ ਗ੍ਰਿਸਤੀ ਇਹ ਪਰਿਵਾਰ ਆਪਣੇ ਆਪ ਨੂੰ ਸੰਯਤ ਕਰਨ ਦਾ ਮਾਧਿਅਮ ਹੈ ਇੱਕ ਦੂਸਰੇ ਦੇ ਧਰਮ ਨੂੰ ਪੁਸ਼ਟ ਕਰਨ ਦਾ ਇੱਕ ਦੂਸਰੇ ਦੇ ਧਰਮ ਨੂੰ ਸੰਵਰਧਿਤ ਕਰਨ ਦਾ ਇੱਕ ਦੂਸਰੇ ਦੇ ਧਰਮ ਨੂੰ ਸੁਰੱਖਿਅਤ ਕਰਨ ਦਾ ਨਾਮ ਗ੍ਰਿਸਤੀ ਹੈ ਪਤੀ ਪਤਨੀ ਦੇ ਧਰਮ ਦਾ ਧਿਆਨ ਰੱਖੇ ਪਤੀ ਨੂੰ ਹਮੇਸ਼ਾ ਸਤਕਰਮ ਕਰਨ ਵਾਸਤੇ ਪਤਨੀ ਪ੍ਰੇਰਿਤ ਕਰੇ ਇਹ ਗ੍ਰਿਸਤੀ ਦਾ ਮਤਲਬ ਇਹ ਹੈ ਪਤੀ ਪਤਨੀ ਨੂੰ ਹਮੇਸ਼ਾ ਉਤਸ਼ਾਹਿਤ ਕਰੇ ਸ਼ੁਭ ਗੁਣਾਂ ਦੀ ਪ੍ਰਾਪਤੀ ਦੇ ਵਾਸਤੇ ਆਪਣੇ ਬੱਚੇ ਬੱਚੀਆਂ ਨੂੰ ਸ਼ੁਭ ਸੰਸਕਾਰ ਦੇ ਧਰਮ ਦੇ ਅਨੁਕੂਲ ਜੀਵਨ ਜਿਆਵੇ ਸਤਿਗੁਰਾਂ ਦੇ ਪ੍ਰਤੀ ਸ਼ਰਨਾਗਤ ਬਣਾਵੇ ਭਾਵ ਇੱਕ ਦੂਸਰੇ ਦੇ ਧਰਮ ਦੀ ਰੱਖਿਆ ਕਰਨ ਦਾ ਨਾਮ ਗ੍ਰਿਸਤ ਹੈ ਇੱਕ ਦੂਸਰੇ ਨੂੰ ਧਰਮ ਦੇ ਪ੍ਰਤੀ ਪ੍ਰੇਰਿਤ ਤੇ ਉਤਸ਼ਾਹਿਤ ਕਰਨ ਦਾ ਨਾਮ ਗ੍ਰਿਸਤ ਹੈ ਖਾਲੀ ਵਿਸ਼ੇ ਵਾਸਨਾ ਭੋਗ ਸੰਸਾਰ ਦੀ ਵਿਰਧੀ ਬੱਚੇ ਬੱਚੀਆਂ ਪੈਦਾ ਕਰਨ ਦਾ ਨਾਮ ਗ੍ਰਿਸਤ ਨਹੀਂ ਸੋ ਗਿਰਹੀ ਜੋ ਨਿਗ੍ਰਹ ਕਰੈ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਗ੍ਰਿਸਤੀ ਉਹ ਜੋ ਨਿਗ੍ਰਹ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਦਾ ਸੰਵਰਧਨ ਕਰਦਾ ਪੋਸ਼ਣ ਕਰਦਾ ਪੱਲਵਿਤ ਕਰਦਾ ਆਪਣੀ ਜ਼ਿੰਦਗੀ ਦੇ ਵਿੱਚ ਧਰਮ ਨੂੰ ਹਾਈ ਸਕੇਲ 'ਤੇ ਲੈ ਜਾਂਦਾ ਇੱਕ ਦੂਸਰੇ ਦਾ ਸਹਿਯੋਗ ਕਰਦਾ ਪਤੀ ਪਤਨੀ ਦਾ ਪਤੀ ਪਤਨੀ ਨੂੰ ਹਮੇਸ਼ਾ ਧਰਮ ਦੇ ਲਈ ਪ੍ਰੇਰਿਤ ਕਰਦੀ ਹੈ ਉਤਸ਼ਾਹਿਤ ਕਰਦੀ ਹੈ ਇਹਦਾ ਨਾਮ ਗ੍ਰਿਸਤ ਹੈ ਇਹਦਾ ਨਾਮ ਗ੍ਰਿਸਤ ਹੈ ਸੋ ਗਿਰਹੀ ਜੋ ਨਿਗ੍ਰਹ ਕਰੈ ਜਪ ਤਪ ਸੰਜਮ ਭੀਖਿਆ ਕਰੈ ਜਿਹੜਾ ਜਪ ਕਰਦਾ ਤਪ ਕਰਦਾ ਸੰਜਮ ਕਰਦਾ ਪੁੰਨ ਦਾਨ ਕਾ ਕਰੈ ਸਰੀਰ ਜੋ ਅਵਸਰ ਆਉਣ 'ਤੇ ਦਾਨ ਕਰਦਾ ਪੁੰਨ ਕਰਦਾ ਜੋ ਪਰਮਾਤਮਾ ਨੇ ਸ਼ਕਤੀ ਅਤੇ ਸਮਰੱਥਾ ਦਿੱਤੀ ਹੈ ਸੋ ਗਿਰਹੀ ਗੰਗਾ ਕਾ ਨੀਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਗੰਗਾ ਦਾ ਜਲ ਮਹਾਨ ਪਵਿੱਤਰ ਅਤੇ ਸ਼ੁੱਧ ਹੈ ਜਿਹੜਾ ਗ੍ਰਿਸਤੀ ਆਪਣੇ ਆਪ ਨੂੰ ਨਿਗ੍ਰਹ ਨਹੀਂ ਕਰਦਾ ਜਪ ਤਪ ਸੰਜਮ ਨਹੀਂ ਲਿਆਉਂਦਾ ਦਾਨ ਪੁੰਨ ਨਹੀਂ ਕਰਦਾ ਧਰਮ ਅਤੇ ਸ਼ਾਸਤਰ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਨਹੀਂ ਜਿਉਂਦਾ ਮੈਂ ਉਹਨੂੰ ਗ੍ਰਿਸਤੀ ਨਹੀਂ ਮੰਨਦਾ ਸਾਧ ਸੰਗਤ 'ਚ ਜਿਹੜਾ ਇਸ ਪ੍ਰਕਾਰ ਦਾ ਜੀਵਨ ਜਿਉਂਦਾ ਉਹ ਗ੍ਰਿਸਤੀ ਗੰਗਾ ਦੀ ਨਿਆਈ ਹੈ ਜਿਸ ਤਰ੍ਹਾਂ ਗੰਗਾ ਪਵਿੱਤਰ ਹੈ ਉਹ ਗ੍ਰਿਸਤੀ ਪਰਿਵਾਰ 'ਚ ਰਹਿੰਦਿਆਂ ਉਹ ਲੋਕ ਧਨ ਪਦਾਰਥ 'ਚ ਰਹਿੰਦਿਆਂ ਉਹ ਲੋਕ ਸੰਸਾਰ ਦੇ ਕੰਮ ਕਾਰ ਕਰਦਿਆਂ ਉਹ ਲੋਕ ਬੱਚੇ ਬੱਚੀਆਂ 'ਚ ਰਹਿੰਦਿਆਂ ਹੋਇਆਂ ਵੀ ਗੰਗਾ ਦੇ ਜਲ ਦੀ ਨਿਆਈ ਪਵਿੱਤਰ ਨੇ ਸ਼ੁੱਧ ਨੇ ਜਿਨ੍ਹਾਂ ਦੇ ਜੀਵਨ ਦੇ ਅੰਦਰ ਇਹ ਗੁਣ ਨੇ ਸਾਧ ਸੰਗਤ 'ਚ ਇਹ ਗੁਣ ਨੇ ਇੱਕ ਛੋਟੀ ਜਿਹੀ ਕਥਾ ਮੈਂ ਆਪਦੇ ਸਾਹਮਣੇ ਰੱਖਾਂ ਗ੍ਰਿਸਤੀ ਦਾ ਜੀਵਨ ਕਿਸ ਤਰ੍ਹਾਂ ਮਹਾਨ ਬਣਦਾ ਮਹਾਭਾਰਤ ਦੇ ਯੁੱਧ ਦੇ ਵਿੱਚ ਮਹਾਨ ਅਨਰਥ ਹੋਏ ਬਹੁਤ ਸਾਰੇ ਜੀਵ ਹੱਤਿਆ ਹੋਈ ਕੌਰਵ ਅਤੇ ਪਾਂਡਵਾਂ ਨੇ ਆਪਸ ਦੇ ਵਿੱਚ ਲੜਾਈ ਕਰਕੇ 18 ਅਕਸ਼ੌਣੀ ਸੈਨਾ ਨੂੰ ਮਾਰ ਦਿੱਤਾ ਭਾਵ ਲੱਖਾਂ ਆਦਮੀਆਂ ਨੂੰ ਅਖੀਰ ਦੇ ਵਿੱਚ ਪਾਂਡਵਾਂ ਦੀ ਵਿਜੇ ਹੋਈ ਜਿੱਤੇ ਪਾਂਡਵ ਪਾਂਡਵਾਂ ਦੇ ਮਨ ਦੇ ਵਿੱਚ ਗਿਲਾਨੀ ਪੈਦਾ ਹੋਈ ਅਸੀਂ ਇਸ ਰਾਜ ਦੇ ਵਾਸਤੇ ਇਸ ਧਰਤੀ ਦੇ ਟੁਕੜੇ ਦੇ ਵਾਸਤੇ ਆਪਣੇ ਭਰਾਵਾਂ ਦੇ ਨਾਲ ਮਹਾਨ ਯੁੱਧ ਕੀਤਾ ਮਹਾਨ ਸੰਗਰਾਮ ਕੀਤਾ
ਬਹੁਤ ਪਾਪ ਕੀਤਾ, ਬਹੁਤ ਪਾਪ ਕੀਤਾ। ਸੱਜਣੋ, ਜਿਹੜਾ ਸਜਗ ਵਿਅਕਤੀ ਹੋਏਗਾ ਨਾ, ਜਿਹੜਾ ਸ਼ੁੱਧ ਅਤੇ ਪਵਿੱਤਰ ਹਿਰਦੇ ਵਾਲਾ ਵਿਅਕਤੀ ਹੋਏਗਾ, ਜਿਹੜਾ ਥੋੜ੍ਹਾ ਜਿਹਾ ਬੌਧਿਕ ਵਿਅਕਤੀ ਹੋਏਗਾ, ਜਿਹਦੇ ਉੱਤੇ ਸੰਸਾਰ ਦੀ ਲੇਪ ਥੋੜ੍ਹੀ ਜਿਹੀ ਘੱਟ ਹੋਏਗੀ, ਜਦੋਂ ਵੀ ਕੋਈ ਪਾਪ ਕਰਮ ਕਰੇਗਾ ਨਾ, ਉਹਦਾ ਹਿਰਦੇ ਉਹਨੂੰ ਅਹਿਸਾਸ ਕਰਾ ਦੇਗਾ। ਕੋਈ ਬਹੁਤ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਬਹੁਤ ਘੰਟੇ ਤੱਕ ਇਕਾਗਰ ਬਹਿਣ ਦੀ ਲੋੜ ਨਹੀਂ। ਜ਼ਰਾ ਆਪਣੇ ਹਿਰਦੇ ਦੀ ਫੀਲਿੰਗਸ ਅਤੇ ਅਹਿਸਾਸ ਨੂੰ ਵਿਅਕਤੀ ਅਗਰ ਪੜ੍ਹਨਾ ਸ਼ੁਰੂ ਕਰ ਦੇਵੇ, ਵਿਅਕਤੀ ਨੂੰ ਪਤਾ ਲੱਗ ਜਾਂਦਾ ਮੇਰਾ ਜੀਵਨ ਪਾਪਾਤਮਕ ਹੈ ਕਿ ਪੁੰਨਾਤਮਕ ਹੈ, ਮੇਰਾ ਜੀਵਨ ਸਤਿਗੁਰਾਂ ਦੇ ਅਨੁਸਾਰ ਹੈ, ਮੈਂ ਗੁਰਮੁਖ ਹਾਂ ਕਿ ਮਨਮੁਖ ਹਾਂ। ਇਹ ਸਜਗ ਵਿਅਕਤੀ ਨੂੰ ਪਤਾ ਲੱਗਦਾ, ਪਤਾ ਲੱਗਦਾ। ਪਾਂਡਵਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਬਹੁਤ ਵੱਡਾ ਪਾਪ ਕੀਤਾ, ਮਨ 'ਚ ਗਿਲਾਨੀ ਹੈ, ਪਛਤਾਵਾ, ਇਸ ਪਛਤਾਵੇ ਦੀ, ਪਾਪ ਦੀ ਨਿਵਰਤੀ ਕਿਸ ਤਰ੍ਹਾਂ ਹੋਵੇ, ਇਸ ਪਾਪ ਤੋਂ ਬਾਹਰ ਕਿਸ ਤਰ੍ਹਾਂ ਆਈਏ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਕਿਹਾ ਇੱਕ ਮਹਾਨ ਯੱਗ ਕੀਤਾ ਜਾਵੇ ਸਾਧਸੰਗਤ 'ਚ। ਰਿਸ਼ੀਆਂ, ਮਹਾਰਿਸ਼ੀਆਂ, ਬ੍ਰਾਹਮਣਾਂ, ਗ੍ਰਸਥਾਂ, ਜਤੀਆਂ, ਸਤੀਆਂ, ਜਿੰਨੇ ਵੀ ਸੰਸਾਰ 'ਤੇ ਉਸ ਵੇਲੇ ਲੋਕ ਸਨ, ਉਹਨਾਂ ਦੇ ਆਲੇ ਦੁਆਲੇ, ਉਹਨਾਂ ਸਾਰਿਆਂ ਨੂੰ ਸੱਦ ਕੇ ਨਿਮੰਤਰਣ, ਇਨਵੀਟੇਸ਼ਨ ਦੇ ਕੇ ਪ੍ਰਸ਼ਾਦਾ ਛਕਾਇਆ ਗਿਆ, ਧਨ ਦੌਲਤ ਦਿੱਤੀ ਗਈ, ਬਹੁਤ ਸਤਿਕਾਰ ਕੀਤਾ। ਜਦੋਂ ਇਹ ਸਾਰਾ ਯੱਗ ਪੰਡਿਤਾਂ ਨੇ ਛਕਿਆ, ਦਾਨ ਲਿਆ, ਉਹ ਆਪਸ ਦੇ ਵਿੱਚ ਇਸ ਮਹਾਨ ਯੱਗ ਦੀ ਚਰਚਾ ਕਰਦੇ ਨੇ ਪਏ, ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਪਏ, ਪਾਂਡਵਾਂ ਨੇ ਬਹੁਤ ਮਹਾਨ ਯੱਗ ਕੀਤਾ, ਇੰਨੇ ਪਦਾਰਥ ਛਕਣ ਵਾਸਤੇ ਬਣਾਏ ਨੇ, ਇੰਨਾ ਧਨ ਪਦਾਰਥ ਦਾਨ ਕੀਤਾ, ਨਾ ਇਸ ਤਰ੍ਹਾਂ ਦਾ ਯੱਗ ਕਦੇ ਪਹਿਲਾਂ ਹੋਇਆ ਸੀ, ਨਾ ਇਸ ਤਰ੍ਹਾਂ ਦਾ ਯੱਗ ਕਦੇ ਅੱਗੇ ਹੋਣ ਦੀ ਸੰਭਾਵਨਾ ਹੈ ਸਾਧਸੰਗਤ 'ਚ। ਇਹ ਜਦੋਂ ਬ੍ਰਾਹਮਣ ਲੋਕ, ਰਿਸ਼ੀ ਲੋਕ ਆਪਸ ਦੇ ਵਿੱਚ ਚਰਚਾ ਕਰਦੇ ਨੇ ਪਏ, ਉੱਥੇ ਇੱਕ ਨੇਵਲਾ ਆਇਆ ਸਾਧਸੰਗਤ 'ਚ, ਨੇਵਲਾ। ਉਹਦਾ ਅੱਧਾ ਸਰੀਰ ਸਵਰਨਮਈ ਹੈ, ਭਾਵ ਸੋਨੇ ਰੰਗੀ ਹੈ, ਔਰ ਅੱਧਾ ਉਹਦਾ ਚਮੜਾ ਜਿਹੜਾ ਉਹਦਾ ਸੁਭਾਵਿਕ ਰੰਗ ਹੁੰਦਾ ਨੇਵਲੇ ਦਾ, ਉਸੇ ਰੰਗ ਦਾ ਸਾਧਸੰਗਤ 'ਚ। ਜਦੋਂ ਰਿਸ਼ੀ ਆਪਸ ਦੇ ਵਿੱਚ ਗੱਲ ਕਰਦੇ ਨੇ ਪਏ, ਉਹ ਨੇਵਲਾ ਕਹਿੰਦਾ ਤੁਸੀਂ ਸਾਰੇ ਝੂਠ ਬੋਲਦੇ ਹੋ ਪਏ, ਝੂਠ ਬੋਲਦੇ ਹੋ ਪਏ, ਤੁਸੀਂ ਕਹਿੰਦੇ ਹੋ ਇਹ ਯੱਗ ਮਹਾਨ ਹੈ, ਇਹ ਯੱਗ ਨਾ ਕਦੇ ਪਿੱਛੇ ਹੋਇਆ ਨਾ ਅੱਗੇ ਹੋਏਗਾ, ਬਹੁਤ ਪਦਾਰਥ ਬਣੇ ਨੇ ਛਕਣ ਨੂੰ, ਦਾਨ ਕਰਨ ਨੂੰ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਦੁਨੀਆ ਦੇ ਵਿੱਚ ਇਹ ਸਭ ਤੋਂ ਮਹਾਨ ਯੱਗ ਹੋਇਆ। ਨੇਵਲੇ ਦੀ ਉਹ ਗੱਲ ਸੁਣ ਕੇ ਸਾਰੇ ਰਿਸ਼ੀ ਬ੍ਰਾਹਮਣ ਹੈਰਾਨ ਹੋ ਗਏ, ਔਰ ਉਹਨੂੰ ਪੁੱਛਣ ਲੱਗੇ ਕਿ ਤੂੰ ਇਸ ਯੱਗ ਨੂੰ ਮਹਾਨ ਕਿਉਂ ਨਹੀਂ ਮੰਨਦਾ, ਕਿਉਂ ਨਹੀਂ ਮੰਨਦਾ। ਕਹਿੰਦੇ ਮਹਾਰਾਜ ਦੇਖੋ, ਮੇਰਾ ਇਹ ਸਰੀਰ ਅੱਧਾ ਸੋਨੇ ਦਾ, ਸਵਰਨ ਰੰਗ ਦਾ, ਗੋਲਡ ਕਲਰ ਹੈ, ਪਰ ਅੱਧਾ ਸਰੀਰ ਮੇਰਾ ਚਮੜੇ ਦਾ, ਦੂਸਰੇ ਰੰਗ ਦਾ। ਮੈਂ ਇਸ ਯੱਗ ਦੇ ਵਿੱਚ ਲੇਟਿਆਂ ਆ ਕੇ, ਪਰ ਮੇਰਾ ਇਹ ਸਰੀਰ ਪੂਰਾ ਸੋਨੇ ਦਾ ਨਹੀਂ ਬਣਿਆ ਸਾਧਸੰਗਤ 'ਚ। ਜਦੋਂ ਇਹ ਮੇਰਾ ਸਰੀਰ ਜਿਸ ਤਰ੍ਹਾਂ ਅੱਧਾ ਸੋਨੇ ਦਾ ਬਣਿਆ, ਜਿਸ ਦਿਨ ਜਿੱਥੇ ਯੱਗ ਦੇ ਵਿੱਚ ਇਹ ਪੂਰਾ ਸੋਨੇ ਦਾ ਬਣ ਜਾਵੇਗਾ, ਉਸ ਦਿਨ ਮੈਂ ਮੰਨਾਂਗਾ ਕਿ ਸੰਸਾਰ 'ਤੇ ਮਹਾਨ ਯੱਗ ਹੋਇਆ। ਉਹਨਾਂ ਰਿਸ਼ੀਆਂ ਨੇ ਪੁੱਛਿਆ, ਤੇਰਾ ਇਹ ਅੱਧਾ ਸਰੀਰ ਸੋਨੇ ਦਾ ਕਿਸ ਤਰ੍ਹਾਂ ਹੋਇਆ? ਕਹਿੰਦਾ ਇੱਕ ਨਗਰ ਦੇ ਵਿੱਚ ਮੈਂ ਗਿਆ, ਇੱਕ ਗ੍ਰਸਥੀ ਪਰਿਵਾਰ ਰਹਿੰਦਾ, ਉਹਨਾਂ ਦਾ ਇੱਕ ਬੇਟਾ, ਉਸ ਬੇਟੇ ਦੀ ਇੱਕ ਨੂੰਹ ਹੈ, ਭਾਵ ਉਹਦੀ ਪਤਨੀ ਹੈ, ਉਹਨਾਂ ਦੇ ਅੱਗੇ ਬੱਚੇ ਨੇ, ਇੱਕ ਬਹੁਤ ਵਧੀਆ ਪਰਿਵਾਰ ਹੈ, ਆਪਣੀ ਕਿਰਤ ਕਰਦਾ, ਮਿਹਨਤ ਕਰਕੇ ਖਾਂਦਾ, ਸਮੇਂ ਦੇ ਅਨੁਸਾਰ ਸਤਸੰਗ ਸਿਮਰਨ ਅਤੇ ਸੇਵਾ ਕਰਦਾ, ਪਰ ਅਚਾਨਕ ਉਸ ਦੇਸ਼ ਦੇ ਵਿੱਚ ਅਕਾਲ ਪੈ ਗਿਆ, ਭਾਵ ਅੰਨ ਨਹੀਂ ਸੀ ਮਿਲਦਾ ਸਾਧਸੰਗਤ 'ਚ। ਇੱਕ ਦਿਨ ਬਹੁਤ ਮਿਹਨਤ ਕਰਕੇ
ਉਹਨਾਂ ਨੇ ਕਿਤੋਂ ਪ੍ਰਸ਼ਾਦਾ ਛਕਣ ਦੇ ਵਾਸਤੇ ਥੋੜ੍ਹਾ ਜਿਹਾ ਅੰਨ ਲਿਆਂਦਾ, ਆਟਾ ਲਿਆਂਦਾ, ਉਹਦਾ ਪ੍ਰਸ਼ਾਦਾ ਬਣਾ ਕੇ ਚਾਰ ਪ੍ਰਸ਼ਾਦੇ ਬਣੇ ਸਾਧ ਸੰਗਤ 'ਚ। ਉਹਨਾਂ ਚਾਰਾਂ ਨੂੰ ਪਿਤਾ ਮਾਤਾ ਨੇ, ਪੁੱਤਰ ਅਤੇ ਉਹਦੀ ਪਤਨੀ ਨੇ ਆਪਸ ਦੇ ਵਿੱਚ ਵੰਡ ਲਿਆ। ਜਦੋਂ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਛਕਣ ਹੀ ਲੱਗੇ ਨੇ, ਉਸੇ ਵੇਲੇ ਮੈਂ ਕੀ ਦੇਖਦਾ, ਇੱਕ ਭਿਖਾਰੀ ਉਹਨਾਂ ਦੇ ਘਰ ਦੇ ਵਿੱਚ ਆ ਗਿਆ। ਉਹ ਕਹਿੰਦਾ, ਮਹਾਰਾਜ ਮੈਂ ਬਹੁਤ ਦਿਨਾਂ ਤੋਂ ਭੁੱਖਾ ਵਾਂ, ਕਿਰਪਾ ਕਰੋ ਮੈਨੂੰ ਅੰਨ ਦਿਓ, ਮੇਰੀ ਪ੍ਰਾਣ ਦੀ ਰਕਸ਼ਾ ਕਰੋ। ਔਰ ਇੱਕ ਗ੍ਰਹਿਸਤੀ ਦਾ ਇਹ ਧਰਮ ਹੈ, ਅੱਜ ਸਾਡੀ ਸੱਭਿਅਤਾ ਔਰ ਸੰਸਕ੍ਰਿਤੀ ਇੰਨੀ ਲੁਪਤ ਹੁੰਦੀ ਜਾਂਦੀ ਹੈ, ਵਿਅਕਤੀ ਦੇ ਸੋਚ ਅਤੇ ਵਿਚਾਰ ਇੰਨੇ ਕੰਜਸਟਡ ਹੋ ਰਹੇ ਨੇ, ਇੰਨੇ ਸੰਕੁਚਿਤ ਹੋ ਰਹੇ ਨੇ, ਸਾਡੇ ਘਰ ਕੋਈ ਸਾਧੂ ਸੰਤ ਆ ਜਾਵੇ ਸਾਡੇ ਮੱਥੇ 'ਤੇ ਤਿਉੜੀ ਪੈ ਜਾਂਦੀ ਹੈ। ਅਸੀਂ ਆਪਣੇ ਪਰਿਵਾਰ ਤੋਂ ਇਲਾਵਾ ਕਿਸੇ ਨੂੰ ਪ੍ਰਸ਼ਾਦਾ ਛਕਾਉਣ ਤੋਂ ਬੜਾ ਗੁਰੇਜ਼ ਕਰਦੇ ਹਾਂ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕ੍ਰਾਂਤੀਕਾਰੀ ਸ਼ਬਦਾਂ ਨੂੰ ਜਦੋਂ ਸੁਣੀਏ ਅਤੇ ਵਿਚਾਰੀਏ, ਰੋਮ ਖੜ੍ਹੇ ਹੋ ਜਾਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਐ ਨਾਮਧਾਰੀ ਹੋ ਤੁਸੀਂ, ਗ੍ਰਹਿਸਤੀ ਹੋ, ਔਰ ਗ੍ਰਹਿਸਤੀ ਦਾ ਇਹ ਫਰਜ਼ ਬਣਦਾ ਦੁਆਰ ਦੇ ਉੱਤੇ ਕੋਈ ਵੀ ਆਵੇ ਉਹਦੀ ਯਾਚਨਾ ਨੂੰ ਪੂਰਨ ਕੀਤਾ ਜਾਵੇ। ਜੇ ਕਿਸੇ ਨੂੰ ਕੱਪੜੇ ਦੀ ਲੋੜ ਹੈ ਉਹਨੂੰ ਕੱਪੜਾ ਦਿੱਤਾ ਜਾਵੇ, ਜੇ ਕਿਸੇ ਨੂੰ ਭੋਜਨ ਦੀ ਲੋੜ ਹੈ ਉਹਨੂੰ ਭੋਜਨ ਦਿੱਤਾ ਜਾਵੇ, ਜੇ ਕਿਸੇ ਨੂੰ ਦਵਾਈ ਬੂਟੀ ਕਿਸੇ ਹੋਰ ਚੀਜ਼ ਦੀ ਲੋੜ ਹੈ। ਜੇ ਪਰਮਾਤਮਾ ਨੇ ਤੁਹਾਨੂੰ ਜਿੰਨੀ ਵੀ ਸ਼ਕਤੀ ਅਤੇ ਸਮਰੱਥਾ ਦਿੱਤੀ ਹੈ, ਲੋੜਵੰਦ ਦੀ ਲੋੜ ਜ਼ਰੂਰ ਪੂਰੀ ਕਰੋ। ਗ੍ਰਹਿਸਤੀ ਦੇ ਦਰਵਾਜ਼ੇ ਦੇ ਉੱਤੋਂ ਕੋਈ ਭਿੱਖ ਮੰਗਾ ਵਾਪਸ ਨਹੀਂ ਜਾਣਾ ਚਾਹੀਦਾ, ਸਾਧਸੰਗ 'ਚ ਨਹੀਂ ਜਾਣਾ ਚਾਹੀਦਾ। ਸਤਿਗੁਰੂ ਰਾਮ ਸਿੰਘ ਨੇ ਆਖਿਆ ਕਿ ਅਗਰ ਗਊ ਦਾ ਵੱਧ ਕਰਕੇ ਉਹਦੇ ਹੱਥ ਦੇ ਵਿੱਚ ਲਹੂ ਨਾਲ ਲਿਬੜੀ ਹੋਈ ਤਲਵਾਰ ਹੋਵੇ, ਉਹਦੇ ਕੱਪੜਿਆਂ ਦੇ ਉੱਤੇ ਖੂਨ ਪਿਆ ਹੋਵੇ, ਔਰ ਤੁਹਾਨੂੰ ਪਤਾ ਹੋਵੇ ਕਿ ਇਹ ਗਊ ਨੂੰ ਮਾਰ ਕੇ ਆਇਆ, ਜੇ ਤੁਹਾਡੇ ਦੁਆਰ ਦੇ ਉੱਤੇ ਆ ਕੇ ਪ੍ਰਸ਼ਾਦਾ ਮੰਗਦਾ ਉਹਨੂੰ ਪ੍ਰਸ਼ਾਦਾ ਜ਼ਰੂਰ ਦਿਓ ਸਾਧ ਸੰਗਤ 'ਚ। ਜਿਹੜਾ ਉਹਨੂੰ ਪ੍ਰਸ਼ਾਦਾ ਨਹੀਂ ਦਏਗਾ ਉਹ ਕਦੇ ਵੀ ਦਰਗਾਹ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ। ਹੈਰਾਨੀ ਇਸ ਗੱਲ ਦੀ ਨਹੀਂ ਕਿ ਸਤਿਗੁਰੂ ਰਾਮ ਸਿੰਘ ਨੇ ਇਹ ਸ਼ਬਦ ਆਖੇ, ਹੈਰਾਨੀ ਇਸ ਗੱਲ ਦੀ ਹੈ, ਇਹ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ ਜਿਹਦੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਇਸ ਗਊ ਦੀ ਰਕਸ਼ਾ ਦੇ ਵਾਸਤੇ ਫਾਂਸੀਆਂ 'ਤੇ ਝੂਲ ਗਏ। ਇਹ ਉਹ ਸਤਿਗੁਰੂ ਰਾਮ ਸਿੰਘ ਕਹਿ ਰਹੇ ਨੇ ਜਿਨ੍ਹਾਂ ਦੇ ਸਿੱਖ ਇਸ ਗਊ ਦੀ ਰਕਸ਼ਾ ਦੇ ਵਾਸਤੇ ਤੋਫਾਂ ਅੱਗੇ ਉੱਡ ਗਏ। ਇਹ ਉਹ ਸਤਿਗੁਰੂ ਰਾਮ ਸਿੰਘ ਕਹਿ ਰਹੇ ਨੇ ਜਿਨ੍ਹਾਂ ਦੇ ਸਿੱਖ ਇਸ ਗਊ ਦੀ ਰਕਸ਼ਾ ਦੇ ਵਾਸਤੇ ਜੇਲ੍ਹਾਂ ਦੇ ਦੁੱਖ ਸਹਾਰਦੇ ਹੋਏ ਜਲਾ ਵਤਨ ਕਰ ਦਿੱਤੇ ਗਏ ਸਾਧ ਸੰਗਤ 'ਚ। ਇਹ ਉਹ ਸਤਿਗੁਰੂ ਰਾਮ ਸਿੰਘ ਕਹਿ ਰਹੇ ਨੇ ਜਿਹੜਾ ਗਊ ਮਾਰ ਕੇ ਵੀ ਤੁਹਾਡੇ ਦੁਆਰ ਦੇ ਉੱਤੇ ਆ ਜਾਵੇ, ਉਹਦੀ ਲੋੜ ਨੂੰ ਜੇ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਪੂਰਨ ਕਰਨ ਦਾ ਪ੍ਰਯਾਸ ਕਰੋ। ਉਹ ਨੇਵਲਾ ਕਹਿੰਦਾ, ਜਦੋਂ ਮੈਂ ਉੱਥੇ ਬੈਠਾ ਦੇਖਦਾ ਪਿਆ ਉਹ ਚਾਰੇ ਜਣੇ ਪ੍ਰਸ਼ਾਦਾ ਛਕਣ ਲੱਗੇ ਨੇ, ਇੱਕ ਭਿਖਾਰੀ ਆ ਗਿਆ, ਕਹਿੰਦਾ ਮਹਾਰਾਜ ਮੈਂ ਬਹੁਤ ਭੁੱਖਾ, ਮੇਰੀ ਲੋੜ ਨੂੰ ਪੂਰਾ ਕਰੋ। ਪਿਤਾ ਕਹਿੰਦਾ, ਮੈਂ ਘਰ ਦੇ ਵਿੱਚ ਵੱਡਾ, ਮੈਂ ਆਪਣਾ ਪ੍ਰਸ਼ਾਦਾ ਦੇ ਦਿੰਦਾ। ਪੁੱਤਰ ਕਹਿੰਦਾ, ਇੱਕ ਪੁੱਤਰ ਹੋਣ ਦੇ ਨਾਤੇ ਪਿਤਾ ਦੇ ਧਰਮ ਦੀ ਰਕਸ਼ਾ ਕਰਨਾ ਮੇਰਾ ਫਰਜ਼ ਹੈ। ਇੱਕ ਗ੍ਰਹਿਸਤੀ ਦੀ ਡੈਫੀਨੇਸ਼ਨ ਕੀ ਹੈ ਇਸ ਕਥਾ ਦੇ ਵਿੱਚੋਂ ਆਪ ਨੂੰ ਸਪਸ਼ਟ ਹੋਏਗੀ। ਇੱਕ ਪੁੱਤਰ ਦਾ ਮਤਲਬ ਕੀ ਹੈ? ਆਪਣੇ ਪਿਤਾ ਦੇ ਧਰਮ ਦੀ ਰਕਸ਼ਾ ਕਰੇ, ਉਹ ਪੁੱਤਰ ਹੈ। ਅਗਰ ਪਿਤਾ ਬੜੇ ਨਾਮਧਾਰੀ ਪਹਿਰਾਵਾ ਪਾਈ ਫਿਰਦਾ, ਬੜੀ ਗਲ 'ਚ ਮਾਲਾ ਪਾਈ ਫਿਰਦਾ, ਬੜੇ ਸਿਮਰਨ ਕਰਦਾ ਫਿਰਦਾ, ਬੜਾ ਗੁਰਸਿੱਖੀ ਜੀਵਨ ਬਤੀਤ ਕਰਦਾ, ਅਗਰ ਔਲਾਦ ਨੇ ਉਸ ਪਹਿਰਾਵੇ ਨੂੰ ਇਹਨਾਂ ਕੇਸਾਂ ਦੀ ਬੇਅਦਬੀ ਕਰਕੇ ਉਸ ਸਿਮਰਨ ਅਤੇ ਮਰਿਆਦਾ ਦਾ ਪਰਿਤਿਆਗ ਕਰ ਦਿੱਤਾ, ਗੁਰਬਾਣੀ ਅਨੁਸਾਰ ਉਹ ਪੁੱਤਰ ਕਹਿਲਾਉਣ ਦਾ ਹੱਕਦਾਰ ਨਹੀਂ ਗਾ, ਸਾਸ ਨਹੀਂ ਗਾ। ਖਾਲੀ ਧਨ ਪਦਾਰਥ ਵੰਡਣ ਦੇ ਵਾਸਤੇ ਜੰਮਿਆ ਉਹਨੂੰ, ਇਹ ਸੰਸਕ੍ਰਿਤੀ ਨੂੰ, ਸੱਭਿਅਤਾ ਨੂੰ, ਧਰਮ ਨੂੰ ਅੱਗੇ ਲਿਜਾਣਾ ਵੀ ਉਸ ਪੁੱਤਰ ਦਾ ਦਾਇਤਵ ਹੈ, ਫਰਜ਼ ਹੈ, ਉਹਦੀ ਡਿਊਟੀ ਬਣਦੀ ਹੈ। ਖਾਲੀ ਪਿਤਾ ਦਾ ਧਨ ਲੈਣ ਵਾਸਤੇ ਜਨਮਿਆ? ਪਿਤਾ ਕਹਿੰਦਾ, ਮਹਾਰਾਜ
ਮੈਂ ਆਪ ਨੂੰ ਪ੍ਰਸ਼ਾਦਾ ਦੇਣਾ। ਪੁੱਤਰ ਕਹਿੰਦਾ ਨਹੀਂ, ਇੱਕ ਪੁੱਤਰ ਹੋਣ ਦੇ ਨਾਤੇ ਆਪਣੇ ਪਿਤਾ ਦੇ ਧਰਮ ਦੀ ਰੱਖਿਆ ਕਰਨਾ ਮੇਰਾ ਫਰਜ਼ ਹੈ, ਮੈਂ ਪ੍ਰਸ਼ਾਦਾ ਦੇਵਾਂਗਾ। ਇਹਦਾ ਨਾਮ ਗ੍ਰਸਤੀ ਹੈ, ਇਹ ਨਹੀਂ ਪੈਸਾ ਲਿਆਓ, ਜਿਵੇਂ ਦਾ ਵੀ ਲਿਆਓ, ਕਿੱਥੋਂ ਵੀ ਲਿਆਓ, ਇਹ ਨਹੀਂ ਜ਼ਿੰਦਗੀ। ਗ੍ਰਸਤੀ ਦਾ ਮਤਲਬ ਹੈ ਇੱਕ ਦੂਸਰੇ ਦੇ ਧਰਮ ਦੀ ਰੱਖਿਆ ਕਰਨਾ, ਵਧਾਉਣਾ। ਪਿਤਾ ਦਿਆ ਜਦੋਂ ਇਹ ਧਰਮ ਵੇਖਿਆ, ਪੁੱਤਰ ਨੇ ਆਪਣਾ ਪ੍ਰਸ਼ਾਦਾ ਉਸ ਭਿਖਾਰੀ ਨੂੰ ਦੇ ਦਿੱਤਾ। ਭੁੱਖ ਦੇ ਦੁੱਖ ਦੇ ਨਾਲ ਉਹ ਵੀ ਮਰ ਗਿਆ ਸਾਧਸੰਗਤ 'ਚ। ਜਦੋਂ ਪਤਨੀ ਨੇ ਇਹ ਵੇਖਿਆ, ਪਤਨੀ ਨੇ ਆਖਿਆ ਮੇਰੇ ਪਤੀ ਨੇ ਆਪਣਾ ਪ੍ਰਸ਼ਾਦਾ ਦੇ ਦਿੱਤਾ। ਭਿਖਾਰੀ ਕਹਿੰਦਾ ਮੈਨੂੰ ਹੋਰ ਭੁੱਖ ਲੱਗੀ ਹੈ, ਇੱਕ ਪ੍ਰਸ਼ਾਦਾ ਹੋਰ ਚਾਹੀਦਾ। ਪਤਨੀ ਕਹਿੰਦੀ ਹੈ ਮੇਰਾ ਫਰਜ਼ ਬਣਦਾ, ਮੇਰੇ ਪਤੀ ਨੇ ਜਿਸ ਧਰਮ ਦਾ ਪਾਲਣ ਕੀਤਾ ਉਸ ਧਰਮ ਦਾ ਪਾਲਣ ਮੈਂ ਵੀ ਕਰਾਂ। ਪਤਨੀ ਨੇ ਵੀ ਆਪਣੇ ਹਿੱਸੇ ਦਾ ਪ੍ਰਸ਼ਾਦਾ ਉਸ ਭਿਖਾਰੀ ਨੂੰ ਦੇ ਦਿੱਤਾ। ਦੋਨੋਂ ਲੜਕੇ ਔਰ ਉਹਦੀ ਪਤਨੀ ਭੁੱਖ ਦੇ ਦੁੱਖ ਦੇ ਨਾਲ ਮਰ ਗਏ ਸਾਧਸੰਗਤ 'ਚ। ਔਰ ਬਾਅਦ ਦੇ ਵਿੱਚ ਉਹ ਜੋ ਮਾਤਾ ਪਿਤਾ ਬਚੇ, ਭਿਖਾਰੀ ਨੇ ਫਿਰ ਆਖਿਆ ਮੇਰੀ ਹਜੇ ਵੀ ਭੁੱਖ ਸ਼ਾਂਤ ਨਹੀਂ ਹੋਈ, ਮੈਨੂੰ ਇੱਕ ਪ੍ਰਸ਼ਾਦਾ ਹੋਰ ਚਾਹੀਦਾ। ਉਸ ਘਰ ਦਾ ਮਾਲਕ ਪਿਤਾ, ਉਹਨੇ ਆਪਣਾ ਪ੍ਰਸ਼ਾਦਾ ਉਸ ਭਿਖਾਰੀ ਨੂੰ ਦੇ ਦਿੱਤਾ। ਭਿਖਾਰੀ ਨੇ ਫਿਰ ਮੰਗਿਆ ਮੇਰੀ ਭੁੱਖ ਹਜੇ ਵੀ ਨਹੀਂ ਖਤਮ ਹੋਈ, ਮੈਨੂੰ ਚੌਥਾ ਪ੍ਰਸ਼ਾਦਾ ਵੀ ਜੋ ਦਿਖਾਈ ਦਿੰਦਾ ਮਿਲ ਜਾਵੇ। ਉਹਦੀ ਪਤਨੀ ਨੇ ਵੀ ਉਹ ਪ੍ਰਸ਼ਾਦਾ ਭਿਖਾਰੀ ਨੂੰ ਦੇ ਕੇ ਉਹਦੀ ਭੁੱਖ ਸ਼ਾਂਤ ਕੀਤੀ ਸਾਧਸੰਗਤ 'ਚ। ਔਰ ਉਸ ਭੁੱਖ ਦੇ ਦੁੱਖ ਦੇ ਨਾਲ ਉਹ ਪਿਤਾ ਪੁੱਤਰ ਮਾਂ ਅਤੇ ਉਹਦੀ ਨੂੰਹ ਚਾਰੋਂ ਜਣੇ ਪ੍ਰਾਣ ਤਿਆਗ ਗਏ। ਉਸ ਵੇਲੇ ਪ੍ਰਸ਼ਾਦਾ ਤਿਆਰ ਕਰਨ ਦੇ ਸਮੇਂ ਜੋ ਕੁਛ ਆਟਾ ਉੱਥੇ ਖਿੰਡਿਆ ਪਿਆ ਸੀ, ਮੈਂ ਉਹ ਖਾਣ ਦੇ ਵਾਸਤੇ ਨੇਵਲਾ ਕਹਿੰਦਾ ਉਹਦੇ ਵਿੱਚ ਫਿਰਿਆ। ਜਿੱਥੇ ਜਿੱਥੇ ਉਹ ਆਟਾ ਮੇਰੇ ਸਰੀਰ ਨੂੰ ਸਪਰਸ਼ ਕਰ ਗਿਆ, ਮੇਰਾ ਸਰੀਰ ਸੋਨੇ ਦਾ ਬਣ ਗਿਆ ਸਾਧਸੰਗ, ਸੋਨੇ ਦਾ ਬਣ ਗਿਆ। ਔਰ ਐਸਾ ਕੋਈ ਮਹਾਨ ਯੱਗ ਅੱਜ ਤੱਕ ਮੈਨੂੰ ਨਹੀਂ ਮਿਲਿਆ। ਮੈਂ ਹਜ਼ਾਰਾਂ ਸਾਲਾਂ ਤੋਂ ਜਿੱਥੇ ਵੀ ਕੋਈ ਪਾਠ ਪੂਜਾ ਧਰਮ ਕਰਮ ਦਾ ਕੰਮ ਹੁੰਦਾ ਉੱਥੇ ਜਾਣਾ, ਤਾਂ ਕਿ ਮੇਰੇ ਸਰੀਰ ਦਾ ਅੱਧਾ ਹਿੱਸਾ ਵੀ ਸੋਨੇ ਦਾ ਬਣ ਜਾਵੇ, ਪਰ ਕਿਤੇ ਵੀ ਮੇਰੇ ਸਰੀਰ ਦਾ ਹਿੱਸਾ ਸੋਨੇ ਦਾ ਨਹੀਂ ਬਣਿਆ ਸਾਧਸੰਗਤ 'ਚ। ਮਤਲਬ ਇਸ ਗੱਲ ਦਾ ਨਹੀਂ, ਤੁਸੀਂ ਲੱਖਾਂ ਰੁਪਏ ਖਰਚਾ ਕਰਦੇ ਹੋ, ਮਤਲਬ ਇਸ ਗੱਲ ਦਾ ਨਹੀਂ ਤੁਸੀਂ ਹਜ਼ਾਰਾਂ ਲੋਕਾਂ ਨੂੰ ਇਕੱਠਾ ਕਰਦੇ ਹੋ, ਮਤਲਬ ਇਸ ਗੱਲ ਦਾ ਨਹੀਂ ਤੁਸੀਂ ਬੜੇ ਹਾਈ ਲੈਵਲ ਦਾ ਅਰੇਂਜਮੈਂਟ ਕਰਦੇ ਹੋ, ਮਤਲਬ ਇਸ ਗੱਲ ਦਾ ਤੁਸੀਂ ਕਿੰਨਾ ਦਿਲੋਂ ਕਰਦੇ ਹੋ, ਮਤਲਬ ਇਸ ਗੱਲ ਦਾ ਕਿੰਨਾ ਧਰਮ ਦੇ ਅਨੁਸਾਰ ਕਰਦੇ ਹੋ, ਮਤਲਬ ਇਸ ਗੱਲ ਦਾ ਕਿੰਨੀ ਮਰਿਆਦਾ ਦੇ ਅਨੁਸਾਰ ਕਰਦੇ ਹੋ, ਮਤਲਬ ਇਸ ਗੱਲ ਦਾ ਪਰਮਾਤਮਾ ਨੂੰ ਤੁਹਾਡਾ ਇਹ ਕਰਮ, ਸਤਿਗੁਰੂ ਨੂੰ ਤੁਹਾਡਾ ਇਹ ਕਰਮ, ਇਹ ਯੱਗ, ਇਹ ਮੇਲਾ ਪ੍ਰਵਾਨ ਹੈ ਕਿ ਨਹੀਂ। ਜੇ ਸਤਿਗੁਰੂ ਨੂੰ ਪ੍ਰਵਾਨ ਹੈ, ਚਾਹੇ ਸਾਦਾ ਹੀ ਪ੍ਰਸ਼ਾਦਾ ਹੋਵੇ, ਚਾਹੇ ਸਾਦਾ ਹੀ ਅਰੇਂਜਮੈਂਟ ਹੋਵੇ, ਉਹ ਵੀ ਮਹਾਨ ਫਲਦਾਇਕ ਅਤੇ ਖੁਸ਼ੀ ਦੇਣ ਵਾਲਾ ਬਣ ਜਾਂਦਾ ਸਾਧਸੰਗਤ 'ਚ। ਉਸ ਪਰਿਵਾਰ ਨੇ ਇੱਕ ਦੂਸਰੇ ਦਾ ਸਹਿਯੋਗ ਕੀਤਾ, ਇੱਕ ਦੂਸਰੇ ਦੇ ਧਰਮ ਦੀ ਰੱਖਿਆ ਕੀਤੀ। ਕਹਿੰਦੇ ਨੇ ਉਹਨਾਂ ਚਾਰਾਂ ਨੂੰ ਫਿਰ ਪਰਮਾਤਮਾ ਨੇ ਪ੍ਰਸੰਨ ਹੋ ਕੇ ਮਹਾਨ ਦਰਗਾਹ ਦੇ ਦਰਵਾਜ਼ੇ ਖੋਲ੍ਹ ਦਿੱਤੇ। ਜਿਹੜਾ ਗ੍ਰਸਤੀ ਦੂਸਰੇ ਦੀ ਸਹਾਇਤਾ ਕਰਦਾ, ਜਿਹੜਾ ਗ੍ਰਸਤੀ ਆਪ ਤਕਲੀਫ ਸਹਿ ਕੇ ਦੂਸਰੇ ਦੀ ਪੀੜ ਨੂੰ, ਦੁੱਖ ਨੂੰ ਦੂਰ ਕਰਨ ਦਾ ਯਤਨ ਕਰਦਾ, ਉਹਦਾ ਨਾਮ ਗ੍ਰਸਤੀ ਹੈ। ਜਿਸ ਗ੍ਰਸਤ ਦੇ ਵਿੱਚ ਇੰਨਾ ਪਿਆਰ ਹੈ, ਇੰਨਾ ਸੁਹਾਰਦ ਹੈ, ਮਾਤਾ ਪਿਤਾ ਦੇ ਪ੍ਰਤੀ ਇੰਨੀ ਰਿਸਪੈਕਟ ਹੈ ਕਿ ਉਹ ਉਹਨਾਂ ਦੇ ਧਰਮ ਨੂੰ ਵਧਾਉਂਦੇ ਨੇ, ਉਹਦਾ ਪਾਲਣ ਪੋਸ਼ਣ ਕਰਦੇ ਨੇ, ਐਸਾ ਪਰਿਵਾਰ, ਐਸਾ ਘਰ ਸਵਰਗ ਹੈ, ਮੰਦਿਰ ਹੈ, ਕਿਸੇ ਗੁਰਦੁਆਰੇ ਦੇ ਨਾਲੋਂ ਘੱਟ ਨਹੀਂ ਗਾ ਸਾਧਸੰਗਤ 'ਚ। ਔਰ ਜਿਸ ਘਰ ਦੇ ਵਿੱਚ ਇਹੋ ਜਿਹੇ ਮਾਤਾ ਪਿਤਾ ਹੋਣ ਔਰ ਜਿਸ ਘਰ ਦੇ ਵਿੱਚ ਇਹੋ ਜਿਹੀ ਔਲਾਦ ਹੋਵੇ, ਫਿਰ ਪਰਮਾਤਮਾ ਨੂੰ ਉਸ ਘਰ ਦੇ ਵਿੱਚ ਆਉਣ ਲੱਗਿਆਂ ਟਾਈਮ ਨਹੀਂ ਲੱਗਦਾ ਸਾਧਸੰਗਤ 'ਚ। ਹਰ ਖੁਸ਼ੀ ਉਹਦੇ ਘਰ ਦੇ ਵਿੱਚ ਆ ਜਾਂਦੀ ਹੈ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਸੋ ਗਿਰਹੀ ਜੋ ਨਿਗਰੋਹ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਐਸਾ ਗ੍ਰਸਤੀ ਗੰਗਾ ਦਾ ਨੀਰ ਦੀ ਨਿਆਈ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਇਹੋ ਜਿਹਾ ਗ੍ਰਸਤ ਜੀਵਨ ਮਿਲੇ। ਜੋ ਗੁਰੂ ਸਾਹਿਬਾਂ ਨੇ ਗ੍ਰਸਤੀ ਦੀ ਡੈਫੀਨੇਸ਼ਨ ਦੱਸੀ ਹੈ, ਜਿਸ ਤਰ੍ਹਾਂ ਦੀ ਜੀਵਨ ਜਾਂਚ ਦੱਸੀ ਹੈ,
ਸਾਡੀ ਜੀਵਨ ਜਾਚ ਵੀ ਉਸ ਤਰ੍ਹਾਂ ਦੀ ਬਣੇ, ਸਾਡਾ ਇਹ ਗ੍ਰਸਤ ਜੀਵਨ ਵੀ ਸਤਿਗੁਰਾਂ ਨੂੰ ਪ੍ਰਵਾਨ ਬਣ ਜਾਵੇ। ਇਹਨਾਂ ਸ਼ਬਦਾਂ ਦੇ ਨਾਲ ਦਾਸ ਲਗਭਗ ਡੇਢ ਮਹੀਨੇ ਤੋਂ ਇੰਗਲੈਂਡ 'ਚ ਆਇਆ। ਸਤਿਗੁਰੂ ਉਦੇ ਸਿੰਘ ਜੀ ਦੀ ਬਖਸ਼ਿਸ਼ ਨਾਲ ਦਾਸ ਆਪਣੀ ਬਾਣੀ ਨੂੰ ਸਤਿਗੁਰਾਂ ਦੇ ਚਰਨਾਂ 'ਚ ਸਮਰਪਿਤ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ। ਅਖੀਰ 'ਚ ਹਾਜ਼ਰ ਨਾਜ਼ਰ ਸਤਿਗੁਰਾਂ ਨੂੰ ਯਾਦ ਕਰੀਏ, ਸਭ ਪ੍ਰੇਮ ਨਾਲ ਆਖੀਏ, ਧੰਨ ਸ਼੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ, ਸਤਿ ਸ਼੍ਰੀ ਅਕਾਲ ਜੀ।